ਕੁਸ਼ਤਾ ਪੰਦਾਰੋ ਕਮੰਡ ਪਸ਼ਵੇ ਨਰੋਜ਼ਾ। ਇਹ ਕਿੱਥੇ ਰੱਖ ਦੇ ਬੈਠਾ ਮੈਨੂੰ ਸਮਝ ਨਹੀਂ ਆਉਣ ਦੀ। ਹਕੀਮ ਹਾਂਜੀ, ਅਨਾਰ ਦਾਣਾ ਹੈ ਹੈ ਜੀ ਤੇ ਦਾਣੇ ਪੇ ਦਾਣਾ ਵੀ ਹੈ। ਮੈਨੂੰ ਤੇਰਾ ਪਹਿਲੇ ਪਤਾ ਤੇ ਸ਼ੁਗਲੀ ਕਰਨਾ ਹਕੀਮ ਸਾਹਿਬ। ਹਾਂਜੀ ਬੇਟਾ, ਸ਼ੁਕਰ ਹੈ ਮਾਲਕ ਦਾ। ਮੇਰੇ ਕੋਲ ਨਾ ਪੂਰੀਆਂ ਨਹੀਂ ਚੜ ਹੁੰਦੀ, ਤੂੰ ਥੱਲੇ ਥੱਲੇ ਫੇਰ ਲਿਆ ਕਰ। ਲੋ ਉਹ ਦੂਜਾ ਨਾ ਦੂਜਾ ਸੁਈਆਂ ਬਹੁਤ ਚੁੱਭਦੀਆਂ ਮੈਨੂੰ। ਤੇ ਜੇਬ 'ਚ ਨਲਕੀ ਰੱਖ ਫਿਰ। ਅੱਛਾ ਜੀ, ਇਹ ਹੁੱਬੇ ਮੱਠਣ ਕਟੋਰੀ ਸ਼ਿਕੱਲੇ ਬੁਲਬਲੇ ਕਿੱਥੇ ਰੱਖ ਬੈਠਾ ਸਾਹਿਬ? ਆ ਪਾਣੀ ਚੈੱਕ ਕਰੀਓ, ਗਰਮ ਹੈ ਕਿ ਠੰਡਾ? ਹਾਂ ਨਾ ਕਰਿਆ ਕਰ, ਸ਼ੁਗਲ ਦਾ ਟਾਈਮ ਨਹੀਂ, ਕੰਮ ਦਾ ਟਾਈਮ ਹੈ, ਪਿੱਛੇ ਹੋ ਜਾ। ਹਕੀਮ ਸਾਹਿਬ ਹਾਂਜੀ, ਗਰਮੀ ਬਹੁਤ ਪੈਣ ਡਈ ਆ। ਹਾਏ ਮਿੱਛਾ, ਵਾਕੇ ਗਰਮੀ ਨੇ ਮੱਤ ਮਾਰਤੀ। ਹਾਂ ਸਹੀ ਗੱਲ ਆ। ਨਾਲੇ ਮੈਨੂੰ ਹਕੀਮ ਸਾਹਿਬ ਇੱਕ ਮਸਲਾ ਬਣ ਗਿਆ। ਮਸਲਾ? ਸ਼ੁਕਰੀਆ ਇੱਥੇ ਆ ਜਾ। ਚੱਲ ਯਾਰ ਉੱਠ ਜਾ, ਫਟਾਂਗੇ ਬਿਲੀਏਟ, ਆ ਕੱਪ ਵੀ ਧੋਣ ਵਾਲੇ ਆ, ਗਾ ਮਿੰਟ ਲਾ। ਆਹੋ ਉਹ ਚਟੇ, ਓਏ ਆ ਵੀ ਲੰਬੇ ਭਾਈ ਯਾਰ, ਇੱਕ ਚਾਹ ਦਾ ਭੇਜ। ਭੇਜ ਦਿੰਦਾ ਆ ਗਿੱਠੀ 41। ਮਸਲਾ ਬਣਿਆ ਹਕੀਮ ਸਾਹਿਬ, ਲੇਕਿਨ ਨਾ ਕਿਸੇ ਨਾਲ ਡਿਸਕਸ ਨਹੀਂ ਕਰਨਾ। ਚਲੋ ਆਪਣੀ ਦੁਕਾਨ ਤੇ। ਉਧਰ ਆ ਯਾਰ, ਉਧਰ ਚਲੋ। ਹਾਂ ਬੋਲ, ਤੂੰ ਗੱਲ ਦੱਸ। ਕੰਧਾਂ ਦੇ ਵੀ ਕੰਨ ਹੁੰਦੇ ਆ। ਹਾਂ ਸਹੀ ਗੱਲ, ਤੁਹਾਨੂੰ ਪਤਾ ਨਿਕਲਦੇ ਨਿਕਲਦੇ ਕਿੱਥੇ ਚਲ ਜਾਂਦੀ ਆ। ਮੇਰਾ ਨਾ ਗਲਾ ਬਹੁਤ ਦਰਦ ਕਰਨ ਡਿਆ ਵਾ। ਐਸੇ ਗਲੇ ਦੀ ਗੱਲ ਕਰਦਾ? ਆਹੋ ਉੱਠਦਾ, ਉੱਥੇ ਜਾ ਕੇ ਗਰਾਰੇ ਕਰ, ਦੁਰ ਫਿਟੇ ਮੂੰਹ ਹੀ। ਐਡੀ ਤੂੰ ਪਸੀਦਾ ਗੱਲ ਲੈ ਕੇ ਬਿਮਾਰੀ ਆ ਗਿਆ ਮੇਰੇ ਕੋਲ, ਦਫਾ ਯਾਰ। ਚਵਲ ਜਹਾਨ ਦੀ ਨਾ ਹੋਵੇ ਤੇ ਮੈਂ ਕਿਹਾ ਡਾਕਟਰਾਂ ਨੇ ਫਿਰ ਜਵਾਬ ਦੇ ਦਿੱਤਾ ਤੈਨੂੰ। ਅੱਛਾ ਜੀ ਹਕੀਮ ਬਾਦਸ਼ਾਹ। ਹਾਂਜੀ ਓਏ, ਤੇਰੇ ਕੋਲ ਤੁਖਮੇ ਲੈਸਿਚ ਮਲਿੰਗਾ ਵੀ ਹੈ? ਹਾਂਜੀ ਹਾਂਜੀ ਹੈਗਾ ਵਾ। ਵਿੱਚ ਮਾੜਾ ਜਿਹਾ ਸਫੂਫੇ ਬਰੈਨ ਲਾਰਾ ਪਾ ਕੇ ਸ਼ਰਬਤ ਦੇ ਇੱਕ ਬਣਾ ਕੇ ਦੇ ਯਾਰ। ਮੇਰੇ ਕੋਲ ਇੱਕ ਹੈ ਵਾ ਮਜੂਨੇ ਜਾਣਾ ਰਣਾ ਟੁੰਗਾ, ਉਹ ਦਿਆਂ ਤੈਨੂੰ? ਉਹ ਕਹਿੰਦੇ ਮੇਰੇ ਤਾਂ ਨਹੀਂ ਠੀਕ ਹੁੰਦਾ, ਚੱਲ ਗੁੱਸਾ ਨਾ ਕਰ। ਹਕੀਮ ਸਾਹਿਬ ਹਾਂਜੀ, ਜਲਨ ਰਹਿੰਦੀ ਸੀਨੇ 'ਚ। ਹਾਂ ਸਹੀ ਗੱਲ ਆ, ਜਦੋਂ ਨਾਲ ਦੇ ਜਿਹੜੇ ਭੈਣ ਭਰਾ ਅੱਛੇ ਮੁਕਾਮ ਤੇ ਚਲ ਜਾਣ ਤੇ ਫਿਰ ਜਲਨ ਹੁੰਦੀ। ਇੱਥੇ ਸਾਰੀ ਉਮਰ ਧੱਕੇ ਖਾਂਦੇ ਰਹਿਣਾ, ਜਾਂ ਕਿਤੇ ਕੋਈ ਹੋਰ ਜਾ ਕੇ ਕੰਮ ਕਰ ਲੈ ਜਾ। ਅੱਛਾ ਚਾਚੀ ਖਾਂ, ਹਾਲਾਤ ਜਿਹੜੇ ਉਹ ਤਾਂ ਆਪਾਂ ਸਾਰਿਆਂ ਵੇਖ ਲਏ, ਕੋਈ ਕਾਰੋਬਾਰ ਦਾ ਸੀਨ ਨਹੀਂ ਬਣਨ ਡਿਆ। ਬਿਲਕੁਲ, ਤੇ ਕੋਈ ਕਾਰੋਬਾਰ ਹੀ ਬਦਲ ਕੇ ਵੇਖ ਲਈਏ ਯਾਰ। ਓਏ ਸਕੀਮ, ਮੇਰੇ ਦਿਮਾਗ 'ਚ ਇੱਕ ਹਕੀਮ ਆਈ ਆ। ਓਏ ਹਕੀਮ, ਮੇਰੇ ਦਿਮਾਗ 'ਚ ਇੱਕ ਸਕੀਮ ਆਈ, ਐਦਾਂ ਕਿਹਾ ਚਾਚੇ ਖਾਂ? ਓ ਮੈਂ ਹਕੀਮ ਆ, ਤੂੰ ਮੈਨੂੰ ਕਾਹਤੋਂ ਸਮਝਾਉਣ ਦਿਆ? ਵੇਖ ਸਕੀਮ ਆ ਕੰਮ ਚਲਾਉਣ ਦੀ। ਹਾਂ ਆ ਤੇਰੀ ਗੱਲ ਮੈਨੂੰ ਪਸੰਦ ਆਈ ਆ, ਵੀ ਉੱਥੇ ਹਕੀਮ ਦੇ ਫੱਟੇ ਤੇ ਮੈਂ ਬਹਿ ਜੂਆਂ। ਹਾਂ ਇੱਥੇ ਪਲੰਬਰੀ ਦੇ ਫੱਟੇ ਤੇ ਤੂੰ ਬਹਿ ਜੂਵੇਂ। ਹਾਂਜੀ, ਕਾਲੂ ਨੂੰ ਆਪਾਂ ਕੋਈ ਹੋਰ ਕੰਮ ਦੇ ਦਈਏ, ਸਾਰੇ ਕੰਮ ਬਦਲ ਕੇ ਵੇਖਦੇ, ਇਹ ਕੀ ਪਤਾ ਨੈਸ਼ੀ ਟੁੱਟ ਜੇ। ਇਹ ਕੋਈ ਬੰਦਾ ਮਨਹੂਸ ਆ ਤੇ ਉਹ ਭਾਂਡੇ ਧੋਈ ਰੱਖਦਾ ਇਹਦੇ। ਹਟ ਗਿਆ ਹਟ ਗਿਆ ਹੁਣ ਹਕੀਮ ਸਾਹਿਬ, ਇਹ ਮੈਨੂੰ ਕੋਈ ਬੰਦਾ ਮਨਹੂਸ ਲੱਗਦਾ ਈ ਚਾਚੇ ਖਾਂ, ਇਹ ਕਿਸੇ ਦਾ ਪੈਰ ਭਾਰਾ ਈ ਓ। ਹਾਂ ਮਨ ਨਾ ਮਨ ਕਿਸੇ ਦਾ ਜਾਂ ਮੂੰਹ ਭਾਰਾ ਈ ਆ, ਪੈਰ ਭਾਰਾ ਈ। ਪੈਰ ਹੀ ਭਾਰਾ ਹੋਣਾ ਆ ਜਾਂ ਸਿਰ ਭਾਰਾ ਹੋਣਾ ਕਿਸੇ ਦਾ? ਇਹ ਤੇ ਦਵਾਵਾਂ ਦੇ ਜਾਨੀ ਖਾਂ ਨੂੰ। ਆ ਵੇਖੀ, ਆਜੋ ਆਜੋ ਸਰ ਜੀ ਆਜੋ। ਹਾਂ ਐ ਇੱਥੇ ਨੂੰ ਪਾਇਆ ਕਰ, ਉੱਠੇ ਕੁਰਸੀ ਲੈ ਗਿਆ ਸਾਰਾ ਉੱਤੇ, ਕੁਰਸੀ ਲਿਆ ਦਾ, ਕੁਰਸੀ ਲੈ ਗਿਆ। ਆਓ ਜੀ ਭਾਜੀ ਬੈਠੋ। ਲਓ ਜੀ, ਲਾ ਵੀ ਤੁਹਾਡੀ ਸੁਣੀ ਗਈ ਆ। ਅੱਛਾ ਜੀ, ਅੱਛਾ ਜੀ, ਮੈਂ ਜਿੰਨਾ ਫਿਕਰਮੰਦ ਤੁਹਾਡੇ ਲਈ ਹੁੰਦਾ ਨਾ, ਅੱਛਾ ਜੀ, ਤੁਸੀਂ ਇਹ ਗੱਲ ਸਮਝ ਨਹੀਂ ਰਹੇ। ਹਾਂ ਸਹੀ ਗੱਲ। ਇਹ ਭਾਜੀ ਹੁਣੇ ਆਏ ਨੇ, ਇੰਸ਼ੋਰੈਂਸ ਕਰਦੇ ਨੇ। ਕਿੱਥੇ ਕਰਦੇ? ਆਪਣੇ ਇੱਕ ਕੰਪਨੀ 'ਚ ਇੰਸ਼ੋਰੈਂਸ ਕਰਦੇ ਨੇ, ਤੁਹਾਡੀ ਸਾਰਿਆਂ ਦੀ ਮੈਂ ਬੀਮਾ ਪਾਲਿਸੀ ਕਰਾਉਣੀ ਆ ਇੰਸ਼ੋਰੈਂਸ, ਤਾਂ ਕਿ ਕੋਈ ਹੱਬੀ ਨੱਬੀ ਹੋ ਜੇ, ਕੋਈ ਮਸਲਾ ਬਣ ਜੇ, ਤੁਹਾਡੇ ਘਰ ਦੇ, ਤੁਹਾਡੇ ਬੱਚੇ, ਤੁਹਾਡੀ ਬੁੱਢੀ, ਤੁਹਾਡੇ ਘਰ ਦੇ ਸਾਰੇ ਜਿਹੜੇ ਨਾ ਉਹ ਸੁਖੀ ਰਹਿਣ, ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਮੈਂ ਇਨਕੋ ਮੈਂ ਸਮਝਾਤਾ ਹੂੰ ਸਰ, ਯੇ ਆਪਕੀ ਜ਼ੁਬਾਨ ਕਮ ਸਮਝੇਂਗੇ ਭਾਜੀ, ਖੁਦਾ ਨਾ ਖਾਸਤਾ ਇਨਸ਼ਾਅੱਲਾ। ਹਾਂਜੀ, ਤੂੰ ਇੰਸ਼ੋਰੈਂਸ ਕਰਾਈ ਆ 3000 ਰੁਪਏ ਮਹੀਨੇ ਦੀ। ਹਾਂਜੀ, ਮਹੀਨੇ ਦੀ 3000 ਉਹ ਤੂੰ ਦੇਣਾ ਵਾ। ਹਾਂਜੀ ਠੀਕ, ਇੰਸ਼ੋਰੈਂਸ ਕਰਾਉਣ ਤੋਂ ਬਾਅਦ ਹਾਂਜੀ
ਤੇਰੇ ਚ ਬੱਸ ਵੱਜਦੀ ਆ ਤੂੰ ਲਗਾ ਜਾਣਾ ਅਸਤਗਫਰੁੱਲਾਹ ਪਰਾਂ ਹੋਏ ਓਹੋ ਮੇਰੇ ਮੌਲਾ ਇੱਕ ਤੇ ਇੰਸ਼ੋਰੈਂਸ ਵਾਲੇ ਬੰਦਿਆਂ ਦਾ ਇਹ ਬੜਾ ਰੋਕੋ ਸਰ ਤੁਹਾਨੂੰ ਇਹ ਪ੍ਰੋਬਲਮ ਹੁੰਦੀ ਨਾ ਤੁਸੀਂ ਬਹੁਤ ਸੋਚਦੇ ਕਿ ਅਸੀਂ ਕਿੱਦਾਂ ਕਿਸੇ ਨੂੰ ਕਹੀਏ ਦੁਖੀ ਨਾ ਹੋਵੇ ਕਿ ਜੀ ਤੁਹਾਡੀ ਤੁਹਾਡੀ ਅਗਰ ਵਾਲਦਾ ਨੂੰ ਖੁਦਾ ਨਾ ਖਾਸਦਾ ਕੁਝ ਹੋ ਜਾਏ ਵਾਲ ਉਹ ਅਗਲਾ ਬੰਦਾ ਦਿਲ ਕਰੇ ਅਸਲ ਮੇ ਲੋਕ ਜੋ ਹੈ ਉਹ ਆਪਣੇ ਆਪ ਕੋ ਮਤਲਬ ਉਹ ਆਪਣੇ ਆਪ ਪੇ ਉਹ ਫਰਜ਼ ਨਹੀਂ ਕਰਨਾ ਚਾਹਤੇ ਕੋਈ ਵੀ ਹਾਦਸਾ ਹਾਂ ਕੋਈ ਵੀ ਕਿਸੇ ਕਿਸਮ ਦਾ ਜੋ ਫਰਜ਼ ਨਹੀਂ ਹਾਂ ਪਾਇਨ ਦੇਖੋ ਇਹ ਹੋ ਜਾਂਦਾ ਹੈ ਹੋ ਸਕਦਾ ਹੈ ਉਹ ਅੱਛਾ ਇਦਾਂ ਨਾ ਇੰਸ਼ੋਰੈਂਸ ਨਾ ਕਰਾਉਣਾ ਕਿ ਬਚ ਜਾਏਗਾ ਤੂੰ ਤੇ ਸਰ ਜੇ ਅਸੀਂ ਇੰਸ਼ੋਰੈਂਸ ਤੋਂ ਬਗੈਰ ਹੀ ਤੁਹਾਡੇ ਚ ਬਸ ਮਾਰ ਦਈਏ ਫਿਰ ਹਾਂ ਯਾਰ ਵਾ ਵਾ ਜੀ ਯਾਰ ਬੇਟਾ ਤੂੰ ਇੰਸ਼ੋਰੈਂਸ ਤੋਂ ਬਗੈਰ ਮੇਰੇ ਚ ਬਸ ਤੂੰ ਮਾਰਨੀ ਤੇਰੀ ਨਹੀਂ ਹੋਈ ਮੇਰੀ ਹੋਈ ਹੋਈ ਤੇ ਮੇਰੇ ਘਰ ਦੇ ਸੁਖੀ ਹੋ ਜਾਣਗੇ ਗੱਲ ਸੁਣ ਲਓ ਗੱਲ ਸੁਣ ਲਓ ਗੱਲ ਇਹ ਆ ਕਿ ਚਾਰ ਦਿਨਾਂ ਦੀ ਜ਼ਿੰਦਗੀ ਇੱਥੇ ਰਹਿ ਜਾਣਾ ਕੀਮਾ ਤੇਰੇ ਵੱਡੇ ਵੀ ਮਰ ਗਏ ਟਿੰਗੂ ਖਾਂ ਵੀ ਲਗਾ ਗਿਆ ਹਾਂਜੀ ਉਸ ਤੋਂ ਵੱਡੇ ਵੀ ਮਰ ਗਏ ਤੂੰ ਵੀ ਬੈਠੇ ਨਹੀਂ ਰਹਿਣਾ ਨਹੀਂ ਮੈਂ ਬਹਿ ਜਾਣਾ ਚਲੋ ਬੈਠੇ ਮੌਤ ਜਿਹੜੀ ਨਾ ਇਹ ਬਰਹੱਕ ਆ ਇਹ ਬੈਠਾ ਹੋਵੇ ਲੰਮੇ ਪਿਆ ਹੋਵੇ ਸੁੱਤਾ ਹੋਵੇ ਥੋੜਾ ਜਿਹਾ ਇੰਜ ਹੋਵੇ ਵੱਖੀ ਭਰਨੇ ਹੋਵੇ ਲਿਟਣ ਦੇ ਆ ਵੀ ਹੋਵੇ ਤਾਂ ਵੀ ਇਹ ਆ ਜਾਣੀ ਆ ਤੇ ਸਾਰਾ ਇਹਨੇ ਇਹਨਾਂ ਨੂੰ ਮੈਂ ਲੈ ਕੇ ਸਪੈਸ਼ਲ ਆਇਆ ਬੜੀ ਸਵਾਰਿਸ਼ ਨਾਲ ਕਿ ਤੁਸੀਂ ਦੇਣਾ 3-3 ਹਜ਼ਾਰ ਰੁਪਇਆ ਮਹੀਨਾ ਇਹਨਾਂ ਨੂੰ ਤੇ ਵਿੱਚੋਂ ਤੁਹਾਡੇ ਕਿੰਨੇ ਆ ਹੈਲੋ ਹਾਂਜੀ ਤੁਹਾਡੇ ਕਿੰਨੇ ਵਿੱਚੋਂ ਮੇਰੇ ਕਿੰਨੇ ਆ ਹਾਂਜੀ ਮੈਂ ਲਾਨਤ ਨਹੀਂ ਭੇਜਦਾ ਹਰਾਮ ਖਾਨ ਤੇ ਸਮਝ ਆਈ ਔਰ ਤੇਰੇ ਤੇ ਮੈਂ ਕਿਸੇ ਹਿਸਾਬ ਨਾਲ ਵੀ ਨਹੀਂ ਭੇਜਦਾ ਹਾਲਾਂਕਿ ਤੂੰ ਮੁਸਤਹਿਕ ਆ ਲੇਕਿਨ ਉਹ ਜਗ੍ਹਾ ਨਹੀਂ ਨਾ ਹਾਂਜੀ ਇਹ 3 ਹਜ਼ਾਰ ਹਰ ਮਹੀਨੇ ਬਾਅਦ ਦੇ ਹਰ ਮਹੀਨੇ ਦੇਣਾ ਵਾ ਜਿਸ ਮਹੀਨੇ ਤੂੰ ਫੌਤ ਹੋ ਗਿਆ ਹਾਂਜੀ ਇਹ ਤੇਰੇ ਕਿੰਨੇ ਪੈਸੇ ਮਿਲਨੇ ਜੀ ਇਹਨੇ ਕਿੰਨੇ ਜੀ 22,000 3 ਹਜ਼ਾਰ ਮਰਨ ਨਾ ਤੂੰ ਬੱਸ ਮਰਵਾ ਕੇ ਮਰ ਜਾ ਤੂੰ ਰਕਸ਼ਾ ਮਰਵਾ ਕੇ ਮਰ ਜਾ ਤੂੰ ਟ੍ਰੇਨ ਮਰਵਾ ਕੇ ਮਰ ਜਾ ਇਹ ਤੇਰੀ ਦੁਆਪਸੀ ਦੀ ਸਵਾਬ ਦੀ ਦੀ ਹਾਂ ਆਪਣਾ ਨਾਮ ਬਤਾਏ ਇੱਕ ਮਿੰਟ ਠਹਿਰ ਜੇ ਮੈਂ ਚਾਚੇ ਕਾ ਪੈਕੇਜ ਹੋ ਸਕਦਾ ਚਾਚਾ ਜ਼ਿਆਦਾ ਕਰ ਲੈ ਬਾਅਦ ਦੇਖ 22,000 ਰੁਪਇਆ ਪਹਿਲੇ ਮਹੀਨੇ ਤੂੰ 3,000 ਦਿੱਤਾ ਤੂੰ ਲਗਾ ਗਿਆ 19,000 ਰੁਪਏ ਦਾ ਫਾਇਦਾ ਹੋਇਆ ਕਿੰਨਾ ਸਹੀ ਗੱਲ ਹੈ ਬਾਈ ਯਾਰ ਕੰਮ ਵਧਾ ਲਾਂਗੇ ਇੰਸ਼ੋਰੈਂਸ ਕਰਾ ਕੇ ਇੱਥੇ ਖੜਾ ਹੋ ਕੇ ਜੋ ਮਰਜ਼ੀ ਕਹੀ ਜਾ ਉਹ ਨਹੀਂ ਸੋਦੇ ਪਾਣੇ ਮੈਂ ਕਹਿੰਦਾ ਕਰਾ ਲੈਨੇ ਓਏ ਉਰਦੂ ਬੋਲਣ ਦਾ ਝੂਠ ਬੋਲਣਾ ਇਹਨਾਂ ਨੇ ਇੱਥੇ ਖੜਾ ਰਹਿ ਤੂੰ ਮੈਂ ਕਰਾ ਲਾ ਮੈਨੂੰ ਨਹੀਂ ਯਕੀਨ ਆਪਣੇ ਪੈਸਿਆਂ ਦੇ ਕੋਲ ਨਹੀਂ ਮੇਰੇ ਪੈਸੇ ਨਹੀਂ ਛੇੜਨੇ ਓ ਯਾਰ ਤੂੰ ਤਾਂ ਵਿੱਚੋਂ ਮਰ ਕੇ ਚਾਹ ਸਾਰਿਆਂ ਨੂੰ ਫਾਇਦਾ ਤੇ ਯਾਰ ਤੁਸੀਂ ਇਦਾਂ ਕਰੋ ਨਾ ਤੁਸੀਂ 10 ਕਰੋੜ ਵਾਲੀ ਕਰਵਾ ਲਓ ਨਾ ਤੁਸੀਂ 10 ਦਾ 20,000 ਰੁਪਏ ਮਹੀਨਾ ਦਿਓ ਕਰੋੜ ਰੁਪਏ ਲਈ ਕਰਵਾ ਲਓ ਇਕੱਠੀ ਕੋ ਸਾਰਾ ਹੈਗਾ ਨਾ ਪੈਕੇਜ ਹਾਂਜੀ ਹਾਂਜੀ ਆ ਹੈਗਾ ਕੋਈ ਰਗੜ ਰੁਗੜ ਵਾਲੀ ਵੀ ਹੈਗੀ ਇੰਸ਼ੋਰੈਂਸ ਹਾਂਜੀ ਰਗੜ ਲੱਗੀ ਹੋਵੇ ਕੋਈ ਬਸ ਰਗੜ ਦਾ ਕੋਈ ਹੈ ਜੀ ਰਗੜ ਮੈਂ ਇਹ ਹੈ ਕਿ ਹਮ ਮਤਲਬ ਸਨੀ ਪਲਾਸ ਵਗੈਰਾ ਦੇ ਦਿੰਦੇ ਹਾਂ ਆ ਜੀ ਹਕੀਮ ਸਾਹਿਬ ਕੋ ਛਿਲਤਰ ਵਜੀ ਹੋਵੇ ਉਹ ਸਨੀ ਪਲਾਸ ਛਿਲਤਰ ਦਾ ਕੋ ਹੱਲ ਹੈ ਛਿਲਤਰ ਆਪ ਟਾਰਚ ਚਲਾਏ ਹੱਥ ਦੇ ਉੱਪਰ ਆਰਾਮ ਸੇ ਨਿਕਲ ਆਏਗਾ ਨੋ ਪ੍ਰੋਬਲਮ ਹਾਂ ਹਕੀਮ ਸਾਹਿਬ ਧਿਆਨ ਨਾ ਇੰਸ਼ੋਰੈਂਸ ਵਾਲਾ ਘੱਟ ਬੋਲਣ ਡਿਆ ਜਾਨੀ ਸਾਹਿਬ ਜ਼ਿਆਦਾ ਬੋਲਣ ਡਏ ਮੌਤ ਵਾਲੀ ਨਾ ਕਰਾਂ ਲੱਤ ਟੁੱਟੀ ਦਾ ਕਿੰਨੇ ਉਹ ਕਿਉਂ ਲੱਤ ਤੋੜਨੀ ਹੈ ਯਾਰ ਮੇਰੀ ਪੈਸੇ ਨੀ ਮਿਲੇ ਅਸੀਂ ਤੋੜਨੇ ਨੀ ਖੁਦਾ ਨਾ ਖਾਸਤਾ ਟੁੱਟ ਗਈ ਉਹ ਜਿੱਦੀ ਕੋਨਫੀਡੈਂਸ ਨਾਲ ਕਹਿਣਾ ਤੂੰ ਤੋੜ ਵੀ ਦੇਣੀ ਹੈ ਯਾਰ ਜੇ ਤੇਰੀ ਟੁੱਟਣੀ ਹੈ ਨਾ ਤੇ ਤੂੰ ਇੰਸ਼ੋਰੈਂਸ ਕਰਾ ਨਾ ਕਰਾ ਉਹ ਟੁੱਟਣੀ ਹੈ ਰੰਗ ਦੀ ਕਰੋ ਖੁਦਾ ਨਾ ਖਾਸਤਾ ਚਿੱਟਾ ਹੋ ਗਿਆ ਤੇ ਤੈਨੂੰ 50 ਲੱਖ ਰੁਪਇਆ ਮਿਲੇਗਾ ਯਾਰ ਮੈਂ ਕਿਸੇ ਹੋਰ ਕੰਟਰੀ ਚ ਵੀ ਜਾ ਸਕਦਾ ਵਾ ਉੱਥੋਂ ਮੈਨੂੰ ਕਿੱਦਾਂ ਪੈਸੇ ਮਿਲਣਗੇ ਇਹਨਾਂ ਦੇ ਕੋਈ ਇੱਕ ਮੁੱਲ ਖਾਲਾ ਸੱਦਣ ਡਿਆ ਮੈਨੂੰ 5,000 ਰੁਪਏ ਮਹੀਨੇ ਵਾਲੀ ਕਰਾ ਮੋਹਰਿਆਂ ਦਾ ਮਸਲਾ ਤੇਰਾ ਅਗਰ ਹੋ ਗਿਆ ਤੈਨੂੰ 1,00,000 ਰੁਪਇਆ ਉਹ ਮਾਫੀ ਦੇ ਦਿਓ ਮੇਰੇ ਮੋਹਰੇ ਦਾ ਮਸਲਾ ਕਾਹਤੋਂ ਬਣਾਉਣਾ ਮੈਂ ਕਿਹੜਾ ਬੱਚਿਆਂ ਨੂੰ ਝੂਠੇ ਦਿੰਦਾ ਫਿਰਦਾ ਮੋਹਰਿਆਂ ਚੱਕ ਕੇ ਇਹਨਾਂ ਦੇ ਬੰਦੇ ਤੁਹਾਨੂੰ ਇਹਨਾਂ ਦਾ ਨਹੀਂ ਪਤਾ ਇਹ ਜਦੀਦ ਨਿਜ਼ਾਮ ਆ ਬੜੀ ਬੜੀ ਵੱਡੀ ਦੁਨੀਆ ਨੇ ਇੰਸ਼ੋਰੈਂਸ ਕਰਾਈ ਆ ਉਹ ਜਾਨੀ ਸਾਹਿਬ ਮਰਨ ਤੋਂ ਬਾਅਦ ਦਾ ਕੀ ਫਾਇਦਾ ਪਿਛਲਿਆਂ ਨੂੰ ਫਾਇਦਾ ਤੂੰ ਇਦਾਂ ਹੀ ਮਰ ਜਾਵੇਂ ਕੀ ਦੇਖ ਜਾਏਗਾ ਪਿਛਲਿਆਂ ਨੂੰ ਹਾਏ 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 ਮੈਂ ਮਰ ਜਾਵਾਂ ਤਾਂ ਪਿਛਲੇ ਕਾਪੀਆਂ ਮਾਰਦੇ ਫਿਰਨ ਉਹ ਮੈਨੂੰ ਕੋ ਫਾਇਦਾ ਹੋਵੇ ਸਰ ਸਭ ਤੋਂ ਜ਼ਿਆਦਾ ਰਿਸਕੀ ਕੰਮ ਇਨਕਾ ਹੈ ਨਾ ਬਿਜਲੀ ਕਾ ਔਰ ਪੰਪ
आपके बच्ची पैदा होती है 20 साल का, उसका शादी वाला करवा ले। सर एक्सीडेंट है, आपकी दुकान में आग लग जाती है। ओ मरो लवे मौला ले दस स्टार्ट करा यार। सर आपके घर में छत गिर जाती है, कोई प्रॉब्लम इस तरह की बन जाती है। एक मिसाल है तेरे घर की छत कल नु डिगनी, एक मिसाल है डिगनी डिगनी है ठीक है, डिगनी डिगनी ओए ओए डिगनी डिगनी ओए ये डिगनी है। ये ले आओ जी बिस्मिल्ला किन्ने वाली है, भी हकीम दी है जी, एदा मणका टूटना चाहिए था बताऊं दसा। ओए आप उनके नाम की जिहड़ियां गल्लां लै के आ गए आ मैनूं दस्सो सी बच्चिआं वाले आ। ओए इक मिसाल आ तेरे घर दी छत कल नूं डिगनी, इक मिसाल आ डिगनी डिगनी आ ठीक आ, डिगनी डिगनी ओए ओए डिगनी डिगनी ओए ये डिगनी आ। इंश्योरेंस करा ना करा डिगनी आ, ਕਿੱਦਾਂ ਰੋਕ ਲੇਗਾ ਨੂੰ? ਇੱਕ ਮਿਸਾਲ ਆ, ਇੱਕ ਮਿਸਾਲ ਆ ਤੇਰੇ 'ਚ ਰਕਸ਼ਾ ਵੱਜਣਾ, ਤੇਰੇ 'ਚ ਵੈਗਨ ਵੱਜਣੀ, ਤੂੰ ਤੁਰੇ ਜਾਂਦੇ ਐਕਸੀਡੈਂਟ ਹੋਣਾ, ਤੇਰੀ ਸੱਜੀ ਲੱਤ, ਖੱਬੀ ਬਾਂਹ, ਮੋਹਰਾ ਤੇਰਾ ਇੱਕ ਹਿੱਲ ਜਾਣਾ, ਗੱਲ ਸੁਣ ਲਾ ਗੁੱਟ ਤੇਰੇ ਨਿਕਲ ਜਾਣੇ। ਇੰਸ਼ੋਰੈਂਸ ਨਾ ਵੀ ਕਰਾਈ ਹੋਈ ਮੰਜੇ ਤੇ ਪਿਆਰ, ਇੰਸ਼ੋਰੈਂਸ ਕਰਾਈ ਹੋਏਗੀ ਤੇਰੇ ਗੁੱਟ ਦੇ। ਗੁੱਟ ਦੇ ਕਿੰਨੇ ਪੈਸੇ ਜੀ? ਗੁੱਟ ਟੁੱਟੇ ਦੇ ਜ਼ਰਾ ਹਿਸਾਬ ਕਰ, ਗੁੱਟ ਦਾ ਮੈਂ ਤੈਨੂੰ ਦੱਸਦਾ, ਗੁੱਟ ਕੋਠੇ ਉੱਤੋਂ ਕਾਵਾਂ ਵੇ ਕਰਾ ਲਾ ਹਕੀਮ, ਕਰਾ ਲਾ ਇਹ ਮੌਕਾ ਬਾਰ ਬਾਰ ਨਹੀਂ ਮਿਲਣਾ। ਕਿੰਨੇ ਆ ਗੁੱਟ? ਮਤਲਬ माफी दे दे, जाओ कि कम कार नहीं है, तुसी जानी खाना लोचत लिया कर डेली आके कुछ ना कुछ। भाजी लात अगर टूट दी है, लात अगर चवाई जी लड़े पी है यार, इक्की हजार रुपया। देखो एदा ना पाजी, तुसी ना अनैश पुणे वाला काम च, मैं तेनू किते होर लवा दिना, तेनू मैं किते बैंक दी नौकरी लवा दिना, तू ते बंदे मारन टुरे, किड्डा सोहना जवान मुंडा हो गया यार। ओ किहड़ा नाल पिस्तौल लै के आया, इंश्योरेंस करा ले ठा हालो पैसे। ओ ते यार खुशी वाली इंश्योरेंस भी तो हो सकती आ, तुसी ओए ते जदों तू मरना इस तों वड्डी खुशी वाली केड़ी होनी? ओ यार इह केड़ा बंदा जींदा बंदा होवे, इंश्योरेंस करावे, कुछ उन्हें इंस्टॉलमेंट दी होवे, उस तो बाद कंपनी चेक कर दी भाजी जाके कि बंदा मतलब सही मरिया, सही सुसाइड तो नहीं किया, ये नहीं नहीं वो तो पूरी चेकिंग होती है। अच्छा केड़ा नहीं दे सकदे, दे एक गल है कि फोड़ा निकलन दे तकरीबन की मार्जिन होएगा? फोड़े दा, फोड़े दे मिलनगे 986 रुपये। अगर ते फोड़ा वड्डा वा और उस च निजाम भी आ और 6 महीने उन्हें रहना वा तो फिर 900। अगर छोटा मोटा फोड़ा जिहड़ा आराम नाल आराम आए ना ਉਹਦੇ ਤਕਰੀਬਨ 32-33 ਰੁਪਏ ਮੇਰਾ। ਕਿੰਨੇ ਇੰਨੇ ਕੀ ਆ? ਨਹੀਂ ਨਹੀਂ 155 155 ਰੁਪਏ ਚ 155। ਮੈਂ ਇੱਕ ਪੈਕੇਜ ਲਵਾਉਣਾ ਆ ਇਹਨਾਂ ਕੋਲੋਂ 15,000 ਰੁਪਇਆ ਮਹੀਨੇ ਦਾ, ਤੇ ਮੈਨੂੰ ਕਦੋਂ ਪੈਸੇ ਮਿਲਣਗੇ ਤੇ ਕਿੰਨੇ ਮਿਲਣਗੇ? ਯਾਰ ਇਧਰੋਂ ਤੂੰ ਮਰਨਾ ਵਾ, ਆ ਕੇ ਸਾਡੇ ਕੋਲ ਪੈਸੇ ਲੈ ਲਈ ਯਾਰ, ਯਾਨੀ ਡੇਢ ਹਫ਼ਤੇ ਬਾਅਦ ਤੂੰ ਪੈਸੇ ਲੈ ਲੈ ਮੇਰੀ ਗੱਲ। ਬਈ ਜਦੋਂ ਤੈਨੂੰ ਪਤਾ ਲੱਗ ਜਾਣਾ ਵੀ ਤੂੰ ਮਰ ਗਿਆ ਵਾ, ਹਾਂ ਤੂੰ ਫੋਨ ਕਰਨਾ ਵਾ, ਜੇ ਤੂੰ ਨਹੀਂ ਲੈਣੇ ਤੂੰ ਆਵਾਜ਼ ਦੇਣੀ ਆ ਵੀ ਇਹਨੂੰ ਦੇ ਦਿਓ, ਅਸੀਂ ਦੇ ਦਿਆਂਗੇ। ਬਸ ਜੀ ਮੇਰੇ ਹਲੇ ਤਿਤਲੀਆਂ ਜੁਗਰੂਆਂ ਦੇ ਪਿੱਛੇ ਨੱਠਣ ਦੇ ਦੇਣਾ, ਮੈਨੂੰ ਮਾਰੀ ਖੜਾਈ। ਸਰ ਆਪਨੇ ਆਪਣਾ ਨੰਬਰ ਜੋ ਆਪਨੇ ਲਿਖਵਾਇਆ ਹੋਣਾ ਨਾ, ਆਪਕੇ ਮਤਲਬ ਮਰਨੇ ਕੇ ਬਾਅਦ ਉਸ ਪੇ ਆਪਕੋ ਪੂਰਾ ਪੈਕੇਜ ਮੈਸੇਜ ਕੇ ਸਾਥ ਕੈਸ਼ ਕਰ ਦੋ ਜੀ। ਤਾਜੀ
आ मेरी 3000 वाली कराओ तुसी ए ना कोई शह वजनी चाहिदी ते ना ही नहीं तू अपनी आई ते मरना वा जदों तेरी आई होगी। हां जी ते ना ही मेरी तेनू नुकसान है भी तू जिन्ना ज्यादा जिएगा उन्नी देर तेनू तीन देना पैना। ठीक एक गल हो रही है। हां जी आ लो जी एक ही हुआ एक हो गया एक मेरी भी कर दियो केड़ी करावनी मौत वाली मौत वाली करावनी है कि हल्की फुल्की बेहोशी वाली कि कोमे च जान वाली बस कोई सट पेट वाली करा दे मौत। सट पेट किस लेवल दी वड्डे लेवल दी जरा पैसे चंगे मिल जान पवा आया लथ जावे नालो इना दीना दोवें लत्तां दी करो आ ताके मैं मिठे दा शिगिरद पै जावां फिर ए जनी भाजी ओए करा ला ओए की मां पिछले बच्चे सुरखरू होए मौत वाली करा सीधी अपना अफसर भाजी जी सर अफसर खान जी 3000 रुपए मैं दे रहा थानू ओना नु नहीं दे रहा डायरेक्ट थानू दे रहा इदी मौत वाली करो जी ए नहीं 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 3000 इसलिए भी ये पर मैं हर महीने मेरे को ले जाना बस मैं नो होवे कुछ ना है फिर तेरे की फायदा होना ऐ बस कर दे खुदा दा ना ही ये फाजी एक गल है जी तू सिते आज तक कभी किसी की खैर भी नहीं मंगी होनी कि जा तेनु लंबी जिंदगी दे मौला ओ पाजी ओनु ओने ते मंगनी लंबी जिंदगी मिलेगी तो ओनु आएगी पैसे आते रहेंगे ना जदों तू मरना तेनु पैसे देने पैने ये तो आपकी अपनी लग गया जैसे परसों हमने एक बंदे के किए हां वो अपना कल मणका टूटना चाहिए था बता दसा उनके नाम की करी करा आ 6000 दी करनी डायरेक्ट मौत वाली ओदी आ करो करो जान तेरी पटाका भवे बचे कुछ ना पैसा भवे एक रुपया ना दई कर क्या ए 2000 की ताकि वो मरे ते तेनु रुपया करोड़ लबे कख भी ना होवे करोड़ भी तू खाई ते पटाका पवा बस मार भाई 3 4 5 6 6000 दी जिद्दा करो 3 वाली ओदी कर दियो परले दी 3 दी मेरी कर दियो नाल एक इंसान मैं गल्ला निछोड़ो छली रखया है मेनू ते भाई हूँ भी करवा लेना फिर मैं एक होर करवानी लो जी लो लो जी अच्छा ए ए दी नहीं करनी ए दी ज़मीर दी करनी क्योंकि वो मरने वाला ही है फिर तो जल्दी आपको नहीं नहीं हाँ। वैसे ही तुसी रख लो मेरे वालों नहीं नहीं ए दी ज़मीर दी करो ए दी तेरा ज़मीर तेरा 2 मिनट च ज़मीर मर जांदा वा तेनु फौरन पैसे लग जांदे यार खुशी ना मैं चला रहा तुहाडा काम चल पिया ना मेरे वालों देख दूख दे दियो ऐश करो सोने मुंडे हो रख लो पैसे मेरे वालों रंग चिट्टे होंदी करो इंश्योरेंस तुसी ये मेरे वालों रखने बस पैसे खर्च लियो वाइटनिंग पैकेज के अगर खुदा ना खासा कदम में सुता उठे ते रंग चिट्टा होवे इनु इनु कंपनी पैसे दे क्योंकि छोटा हादसा नहीं होना एक छोटी जी होर जी मेरी अर्ज है 2000 रुपया होर लो इनु अग लाउणी की सच्ची गल करो सारे लग जानी है आज अच्छा जी एक गल सवाल है जनी भाजी जी जी ये जो सारे को पैसे कट्ठे करके महीना महीना 3 4 4 5 5 लेंदे हो ये बाद विच पैसे जमा करके एक बंदे नूं दे दिंदे बंदा मर जांदा इहनां नूं फायदा या नुकसान है देख ना 10 बंदियां ने जो 5 5 हज़ार देना महीने का ठीक है ठीक है 10 हज़ार बंदे ने देना ठीक है विचों एक मर गया ठीक है ते कोई नहीं बाकी तो सारे आ रहे ना उसी में से हम लोग उनको फिर और ये कमेटी वाला हिसाब है। अच्छा 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 बच्चों की भी होती है इंश्योरेंस कि अगर आपके बेटी पैदा हुई है उसका शादी पैकेज भी होता है इन्होंने बताया मुझे जहेज जब वो 20 हाँ जहेज जहेज का शादी का एक आइडिया जी मेरी जेन च जी साडे मोहल्ले च एक बुजुर्ग आ वो तो तकरीबन मरने वाला ही ਉਹਦੀ ਜੇ ਇੰਸ਼ੋਰੈਂਸ ਹੋ ਜਵੇ ਤਾਂ ਥੋੜੀ ਪੈਸੇ ਆ ਜਾਣ ਕਿ ਸਾਰਿਆਂ ਨੂੰ ਫਾਇਦਾ ਨਹੀਂ ਨਹੀਂ ਦੇਖੇ ਮਤਲਬ ਕੋਈ ਉਸ ਵਿੱਚ ਵੀ ਇਨਸਪੈਕਸ਼ਨ ਹੁੰਦੀ ਹੈ ਉਹ ਕੀ ਹੁੰਦਾ ਜਾ ਕੇ ਦੇਖਦੇ ਆ ਕਿ ਬੰਦੇ ਦੀ ਏਜ ਸਭ ਤੋਂ ਪਹਿਲੇ ਤਾਂ ਮੈਟਰ ਕਰਦੀ ਹੈ ਆਪ ਅਗਰ ਬਹੁਤ ਕਮ ਏਜ ਵਾਲੇ ਆ ਤਾਂ ਆਪਕਾ ਪੈਕੇਜ ਮਤਲਬ ਆਪਕੋ ਜ਼ਿਆਦਾ ਅਮਾਉਂਟ ਆਪਕਾ ਜ਼ਿਆਦਾ ਚਾਂਸਸ ਹੈ ਜ਼ਿੰਦਾ ਰਹਿਣੇ ਕੀ ਔਰ ਕੋਈ ਬਿਮਾਰ ਹੈ ਕੋਈ ਬਜ਼ੁਰਗ ਹੈ ਤਾਂ ਇਸ ਤਰ੍ਹਾਂ ਉਹਦੇ ਘਟ ਨੇ ਚਲੋ ਜਾਂ ਸਰ ਆਏ ਆਪ ਆਏ ਜੀ ਠੀਕ ਆਪ ਇਹ ਪੈਸੇ ਆਪ ਇਹ ਮੁਝੇ ਪਕੜਾ ਦੇ ਕੋਈ ਬਾਤ ਨਹੀਂ ਆ ਜਾ ਨਹੀਂ ਮੈਂ ਪਕੜਾ ਨਹੀਂ ਨਹੀਂ ਆ ਜਾ ਨਾ ਆਪ ਹਾਂ ਆ ਜਾ ਚਲੋ
मेरे दे, मैनू दे देना मेरे। यार देखो मैं साफ ला के दस। ओ यार साफ ला के शर्ट दा किराया साफ ला के ठहर जाना। तू अपना तेरे अंदर मुक्की 2000 रुपया तू फड़ ला 2000 अपना। नहीं दो नहीं इथे काम ज्यादा सी। ओ इथे काम नु छड्ड, एवी काम छड्डा सारा ते मैं बोलया आ फड़ 2000 चा अपन ने। आ शर्ट ओदी दे आ जा दे। ठीक हो चाची खां, तुम ही वही सुनिया जो मैं सुनिया। यार मेरी भी गवाही पालो, मैं भी वही सुनिया जो तुम ही सुनिया। नहीं नहीं बेटे की रोड के अलापे आया। बेटे की मेनू लग रहा है वो कोई आपस की गल कर रहे थे, है ना? ਮੈਨੂੰ ਵੀ ਇਹੋ ਹੀ ਲੱਗਦਾ ਹੈ। ਆਪਸ ਦੀ ਕਾਰੇ ਜੀ, ਅੱਧੇ ਤੂੰ ਰੱਖਣਾ ਅੱਧੇ ਤੂੰ ਰੱਖਣਾ। ਇਹਦਾ ਕੀ ਮਤਲਬ ਹੋਇਆ? ਇਹਦਾ ਸਿੱਧਾ ਸਿੱਧਾ ਮਤਲਬ ਆ ਆਪਾਂ ਫੇਰ ਟੁੱਟੇ ਗਏ। ਤੇਰੀਆਂ ਖਾਕਾਂ ਉੱਡਣ ਦੇ ਆਜ਼ਾਦੀ ਖਾ ਫੇਰ ਲੁੱਟ ਕੇ ਲੈ ਗਿਆ ਚਾਚੇ ਖਾ। ਤਰ ਜਾਣਾ ਪਾ ਗਿਆ ਜੀ। ਕੋਈ ਗੱਲ ਨੀ, ਅੱਲਾ ਹੁਣ ਵੀ ਸੁਣ ਲੂ। ਅੱਛਾ ਮੇਰੀ ਗੱਲ ਸੁਣ ਚਾਚੇ ਖਾ, ਹੁਣ ਪੈਸੇ ਰਿਕਵਰ ਕਰਾਉਣ ਦਾ ਯਾਰ ਕੋਈ ਤਰੀਕਾ ਲੱਭੋ ਯਾਰ, ਬਹੁਤ ਪੈਸੇ ਲੈ ਗਏ ਸਾਡੇ। ਹੁਣ ਕੀ ਫਿਰ ਕਰਨਾ ਆ? ਹੁਣ ਲੱਤ ਤੋੜ ਕੇ ਤੇ ਇਹਦੇ ਕੋਲ ਕਰਦੇ ਆ ਕੁਛ ਬੰਦੋਬਸਤ ਪੈਸਿਆਂ ਦਾ। ਕਿਉਂ ਮੇਰੀ ਕਿ ਲੱਤ? ਤੂੰ ਹੀ ਬਾਰ ਬਾਰ ਉੱਠ ਉੱਠ ਜਾਣ ਡਿਆ ਸੀ, ਇੰਜ ਕਰ ਦਿਓ ਮੇਰਾ 2000 ਕਰ ਦਿਓ, ਲੱਤ ਦਾ ਕੀ ਲਓਗੇ, ਗੁੱਟ ਦਾ ਕੀ ਲਓਗੇ, ਲੈ ਗਏ ਨਾ ਸਾਰੇ ਅਗਲੇ। ਦੇਖਦਾ ਚਾਚੇ ਖਾਨ ਸਾਰਾ ਇਲਜ਼ਾਮ ਮੇਰੇ ਤੇ ਲਾਉਂਦੇ ਆ। ਮੇਰੀ ਸੁਣੋ ਗੱਲ, ਆਪਾਂ ਕਰਦੇ ਆ ਲਾਲਚ ਤੇ ਲਾਲਚ ਆ ਬੁਰੀ ਬਲਾ। ਨਹੀਂ ਲਾਲਚ ਆ ਬੁਰੀ ਜਾਨੀ। ਆਹ ਤੇ ਅਸੀਂ ਫਸ ਜਾਂਦੇ ਹਰ ਵਾਰ ਲਾਲਚ ਬੁਰੀ ਬਲਾ। ਸਭ ਤੋਂ ਪਹਿਲੇ ਪੈਸੇ ਚਾਚਾ ਤੂੰ ਦਿੱਤੇ ਉਹਨੂੰ, 3000 ਕੱਢ ਕੇ ਗਿਣ ਕੇ ਫੜਾ ਕੇ ਦੇਤਾ। ਮੈਂ ਦਿੱਤੇ, ਮੈਂ ਗੱਲਾਂ ਚ ਆ ਗਿਆ ਸੀ ਨਾ ਜੀ। ਤੁਸੀਂ ਇੱਕ ਗੌਰ ਕੀਤਾ? ਅਸੀਂ ਹਰ ਵਾਰੀ ਫਸ ਜਾਂਦੇ, ਹਰ ਵਾਰੀ ਨਹੀਂ ਪਤਾ ਲੱਗਦਾ ਰਹਿੰਦਾ ਕਿੱਥੇ। ਇਹ ਪਤਾ ਕਰ ਯਾਰ ਹਕੀਮ, ਤੂੰ ਤਾਂ ਬੰਦਾ ਵੀ ਤੇਜ਼ ਹੈ ਯਾਰ। ਚਲੋ ਮੈਂ ਪਤਾ ਕਰਨਾ ਵਾ। ਮੈਂ ਕਹਿੰਦਾ ਚਾਚੇ ਖਾਂ ਐਸ ਵਾਰੀ ਆਇਆ ਨਾ ਤਾਂ ਮੈਂ ਉਹਦੇ ਘਰ ਤੇ ਹੀ ਅਪੜਾਂਗਾ। ਬਿਲਕੁਲ ਖੁਰਾ ਨੱਪਣਾ ਆ ਉਹਦਾ, ਉਹਦਾ ਪਿੱਛਾ ਕਰੂੰਗਾ। ਖੁਰਾ ਨੱਪਣਾ ਆ ਉਹਦਾ ਐਸ ਵਾਰੀ ਆਉਣ ਦੇ ਸੀ। ਚਲੋ ਉੱਠੋ ਤੋ ਆਪਣੀ ਆਪਣੀ ਦੁਕਾਨਾਂ ਤੇ ਦਫਾ ਯਾਰ। ਆ ਜਾ ਜਿਹੜਾ ਤੇਰੀ ਦੁਕਾਨ ਤੇ ਗਾਹਕ ਤੇ ਗਾਹਕ ਚੜੇ ਆ ਵਾ। ਉਹ ਚਿੱਟੇ ਚਾਹ ਭੇਜ ਯਾਰ, ਇੱਕ ਕੋ ਤਬੀਅਤ ਸੈੱਟ ਹੋ ਗਈ ਯਾਰ। ਉਹ ਲੰਬੇ ਨੂੰ ਭੇਜ ਜਾਣ ਕੇ ਲੈ ਜਾਏ ਜਾਂ ਮੈਂ ਕਿਤੇ ਸ਼ਾਦੀ ਤੇ ਜਾਵਾਂ। ਲੋਕ ਮੇਰਾ ਬਹੁਤ ਮਜ਼ਾਕ ਉਡਾਉਂਦੇ। ले जी नाजरीन, वेलकम बैक प्रोग्राम में दोबारा खुश आमदीद। गेस्ट वाले सेगमेंट में आ गया हमारे साथ आज जो गेस्ट है नाजरीन, थोड़ा ज़रा ये मुझे लग रहा है कि थोड़ा इमोशनल हो जाएगा, क्योंकि पहले ही मैं इमोशनल थोड़ा सा हो गया हूँ गेस्ट के साथ बात करके, तो माजरत, क्योंकि आप लोग कॉमेडी के हवाले से देखते हैं, लेकिन ज़ाहरी बात है कि कॉमेडी के अलावा भी बहुत कुछ है, बहुत प्रॉब्लम्स हैं, बहुत दुख हैं, बहुत तकलीफ़ें हैं। मैं समझता हूँ कि आप मतलब ये सोचेंगे कि भाई हर चैनल पर यही कुछ हो रहा है, प्रॉब्लम्स वगैरह शेयर की जा रही हैं, तो ये एक प्रोग्राम था जिसमें चलो हंसी मजाक होता था, तो इसमें भी, लेकिन आप देखेंगे तो आपको लगेगा कि भाई यार ये भी एक हक था इस बंदे का। हमारे साथ जो आज के गेस्ट हैं जनाब शहजाद साहब, हमारे टीम मेंबर भी हैं, और इनसे इनका जो एक ये वो स्पेशल पर्सन होते हैं ना, जो जैसे लाइक जिनमें कुछ, तो ये भी एक स्पेशल पर्सन है, लेकिन मतलब ये नहीं है कि भी कोई हाथ नहीं है या टांग नहीं है या सुनते नहीं है, देखते नहीं है, बोलते नहीं है, ऐसा नहीं है, कद छोटा है, ठीक है जी। तो हमारी टीम का हिस्सा है ये, ठीक है। बहुत सी परेशानियाँ आज अभी मैं डिस्कस कर रहा था तो जनाब इन्होंने मैंने दसियाँ इसकी ऐसी गल्ला, मैं हैरान हो गया कि इन्होंने दसिया कि यार मैं इन्होंने मैं पूछा मैं क्या कितने तुम कितने लाइफ च कितने ताड़ा मजाक उड़ाया गया हो या कोई ऐसे वाकया, तो वो कहते जी कोई दिन ऐसा नहीं ਬਾਹਰ ਮੈਂ ਨਿਕਲਦਾ ਹੈ ਕੋਈ ਐਸਾ ਮਤਲਬ ਕਦਮ ਕਦਮ 'ਤੇ ਮੈਨੂੰ ਇਹੀ ਕੁਛ ਹੀ ਹੁੰਦਾ ਹੈ ਕਿ ਓਏ ਉਹ ਬੌਣੇ ਉਹ ਗਿੱਠੇ ਓਏ ਕੀ ਕਹਿੰਦੇ ਨੇ ਇਹਨੂੰ ਕੌਡੂ ਉਹ ਫਲਾਣੇ, ਪਹਿਲੇ ਤਾਂ ਇਹ ਲਫਜ਼ ਜਿਹੜੇ ਨੇ ਨਾ ਇਹ ਦਿਲ ਕਰੇ ਮਾਰ ਦਿੰਦੇ ਹੁਣ ਕਿ ਯਾਰ ਕੀ ਮਤਲਬ
समझ रहे हो ना गल। फिर उस तो बाद मजाक, फिर उस तो बाद लाइफ जारी बात, उन्हें घरों निकलना, बस से बहना, इतने आना, फिरना तुरना, तो वो की प्रॉब्लम। शहजाद साहब की हाल चाल तुहाडा? अलहमदुलिल्लाह ठीक ठाक हो। तुहाडी एज किन्नी है? मेरी 38 साल है। अच्छा, जिहड़ा तुहाडा कद आ जी, मतलब तुसीं जदों 15 साल दे सी जी, किस एज च आके तुहाडा कद जिहड़ा उह वधना, मतलब इदारी बात आ जदों बच्चा पैदा हुंदा ना तो साइज छोटा हुंदा ना फिर वड्डा हुंदा, यानी किहड़ी एज सी जिस एज दे विच आके कद इक जगह ते रुक गया, यानी तुहानूं लगा कि उस तों बाद वड्डा नहीं होया? 10 साल 12 साल 15 साल? सर जी जदों मैं पैदा होया सीगा ना तो मेरी वालदा नूं उदों ही पता लग गया सीगा ये बच्चा छोटे कद दा रह जाणा। ठीक है, तो लेकिन जे हिसाब ना बच्चे दा कद वधदा, मेरा उस हिसाब ना कद नहीं वधदा सीगा, वधिया नहीं सी, वधिया नहीं सीगा, तो लहजा आसा आसा थोड़ा थोड़ा कद मेरा वध्या है। अच्छा। तकरीबन मेरी उम्र जदों सीगी ना 28 साल। ठीक है, उस टाइम मेरा कद सीगा 3.5 फुट सीगा। हुण किन्ना वा? इस वेले मेरा 4 फुट 2 इंच है कद। 4 फुट 2 इंच 2 इंच कद। 28 साल की उम्र च 3.5 फुट सी? हाँ जी, यानी 28 साल तो बाद भी हुण तक 28 10 38 यानी 10 साल 10 साल 10 साल च यानी कि 3.5 तो 4+ हो गया। हाँ जी, अद्धा फुट या पौना फुट वध गया। अच्छा दसो, कभी कोई शिकवा तो नहीं रब दे नाल हुंदा कि भी या अल्लाह मैनू इस तरह क्यों, तो कभी दिल इदा भर आया हो शिकवा निकल गया हो दिलों? बस जी कई दफ़ा इंज हुई भी आ, लोग मेरा मजाक बहुत उड़ाते, मैं सफर से जावा या कि मेहमान जावा या मैं कित शादी से जावा, लोग मेरा बहुत मजाक उड़ाते। उस टाइम की लगता है, की दिलों निकलता उस टाइम? बस उस मालक अगे दुआ ही करदा वा, या बारी तला जिथे तू मैनू रखिया ना मैं उथे खुश हाँ। अच्छा जी, ते फैमिली च होर कौन कौन है इस तरह? माशाल्लाह असी 7 भाई सीगे, 1 भाई मेरा फौत हो गया एक्सीडेंट च, ते मेरे खानदान च कोई नहीं गा मेरे जड्डा जी। ਭਾਈ ਬਾਕੀ ਸਾਰੇ ਠੀਕ? ਹਾਂ ਜੀ ਅਲਹਮਦੁਲਿਲਾਹ। ਨਾਰਮਲ ਕਾਦਰ ਨੇ ਉਹਨਾਂ ਦੇ? ਹਾਂ ਜੀ ਠੀਕ। ਸੱਤਾਂ ਦੇ ਹੀ? ਸੱਤਾਂ ਦੇ, 6ਾਂ ਦੇ। 6ਾਂ ਦੇ ਹਾਂ ਜੀ। ਤੇ ਸਿਸਟਰ ਕੋਈ? ਸਿਸਟਰ ਇੱਕ ਸਾਡੀ ਆ ਵੱਡੀ ਆ ਸਾਰੇ। ਉਹ ਵੀ ਠੀਕ ਆ? ਉਹ ਜੀ ਠੀਕ ਆ ਜੀ। ਅੱਛਾ, ਵਾਲਦ ਸਾਹਿਬ? ਵਾਲਦ ਸਾਹਿਬ ਮੇਰੇ ਅੱਲਾ ਨੂੰ ਪਿਆਰੇ ਹੋ। ਨਹੀਂ ਉਹ ਕਾਦ ਉਹਨਾਂ ਦਾ ਠੀਕ ਸੀ? ਹਾਂ ਜੀ ਠੀਕ ਸੀ। ਵਾਲਦਾ ਦਾ ਵੀ ਠੀਕ ਆ? ਬਿਲਕੁਲ। ਕੋਈ ਫੈਮਿਲੀ ਚ ਹੋਰ? ਮੇਰੀ ਫੈਮਿਲੀ ਪੂਰੇ ਖਾਨਦਾਨ ਚ ਕੋਈ ਨਹੀਂ। ਦਾਦਕਿਆਂ ਨਾਨਕਿਆਂ ਚ? ਕੋਈ ਨਹੀਂ ਜੀ। ਮੈਂ ਜ਼ਿਕਰ ਵੀ ਵਾਲਦਾ ਨਾਲ ਕਰਦਾ ਹੁੰਦਾ ਸੀ, ਵਾਲਦ ਨਾਲ ਵੀ, ਲੇਕਿਨ ਕਹਿੰਦੇ ਸਾਡੇ ਖਾਨਦਾਨ ਚ ਕੋਈ ਵੀ ਨਹੀਂ ਅੱਡਾ ਸੀਗਾ। ਅੱਛਾ, ਇਹ ਉਹਦਾ ਕੰਮ ਆ? ਉਹਦੇ ਕੰਮ ਆ ਜੀ, ਹੈ ਨਾ, ਸਾਰੇ ਉਹਦੇ ਕੰਮ ਆ। ਕਦੀ ਮੈਂ ਸ਼ਿਕਵਾ ਨਹੀਂ ਉਸ ਦਾ ਅੱਗੇ ਕੀਤਾ। ਵਾਹ ਵਾਹ, ਕੀ ਬਾਤ ਹੈ। ਅਗਰ ਜੇ ਮੇਰਾ ਕੱਦ ਬੜਾ ਹੁੰਦਾ ਮੈਂ ਪਤਾ ਨਹੀਂ ਕੀ ਹੁੰਦਾ। ਅੱਛਾ, ਤੁਹਾਨੂੰ ਪਤਾ ਹੈ ਸ਼ਹਜ਼ਾਦ ਸਾਹਿਬ ਕਿ ਫਿਜ਼ੀਕਲੀ ਜਿਹੜੇ ਜਿਹਨੂੰ ਅਸੀਂ ਕੱਦ ਕਹਿੰਦੇ, ਬੇਸਿਕਲੀ ਬੰਦਾ ਇਸ ਕੱਦ ਨਾਲ ਵੱਡਾ ਨਹੀਂ ਹੁੰਦਾ। ਹਾਂਜੀ, ਉਹ ਜਿਸ ਕੱਦ ਨਾਲ ਬੰਦਾ ਵੱਡਾ ਹੁੰਦਾ ਨਾ ਉਹ ਆਪਣੇ ਕਿਰਦਾਰ ਨਾਲ ਹੁੰਦਾ। ਹਾਂਜੀ, ਉਹ ਵੱਡਾ ਉਹ ਤੁਸੀਂ ਆਪ ਵੀ ਵੱਡਾ ਕਰ ਸਕਦੇ ਹੋ। ਠੀਕ ਠੀਕ ਹੈ ਨਾ, ਅਗਰ ਤੁਹਾਡਾ ਉਹ ਛੋਟਾ ਵੀ ਹੈ ਨਾ ਉਹ ਕੱਦ, ਤੇ ਤੁਸੀਂ ਚਾਹੋ ਤੇ ਤੁਸੀਂ ਉਹਨੂੰ ਵੱਡਾ ਕਰ ਲਓ, ਤੇ ਚਾਹੋ ਤੇ ਉਸ ਕੱਦ ਨੂੰ ਛੋਟਾ ਕਰ ਲਓ ਜੀ। ਠੀਕ ਹੈ ਨਾ, ਲੇਕਿਨ ਇਹ ਸਾਡਾ ਮੁਆਸ਼ਰਾ ਵਾ ਨਾਦਰੀਨ ਯਾਰ। ਵੈਸੇ ਇਸ ਗੱਲ ਤੋਂ ਬਾਅਦ ਜਾਂ ਹੁਣ ਇਹ ਬੰਦੇ ਦੇ ਜਿਹੜੀ ਆ ਛੋਟਾ ਜਿਹਾ ਵਿੱਚ ਹੈ, ਇਹਦੀ ਇੱਕ ਮਤਲਬ ਦਿਲ ਭਰ ਆਇਆ ਜਾਂ ਉਹਦੇ ਕੋਲ ਨਹੀਂ ਰਿਹਾ ਗਿਆ ਕੈਮਰੇ ਦੇ ਸਾਹਮਣੇ ਅਤੇ ਉਹ ਰੋ ਪਿਆ ਯਾਰ, ਇਹ ਬੜੀ ਵੈਸੇ ਸਮਝਦਾਰ ਬੰਦੇ ਵਾਸਤੇ ਨਾ ਬੜੀ ਗੱਲ ਆ ਕਿ ਮੈਂ ਇੱਕ ਮਿਸਾਲ ਆ ਜਾਂ ਤੁਹਾਡੇ 'ਚੋਂ ਜਿਹੜੇ ਬੰਦੇ ਵੇਖ ਰਹੇ ਨੇ ਉਹ, ਇਹਦੀ ਇਸ ਗੱਲ ਤੋਂ ਬਾਅਦ ਇੱਕ ਵਾਅਦਾ ਕਰ ਲਓ ਆਪਣੇ ਆਪ ਨਾਲ ਕਿ ਜ਼ਿੰਦਗੀ 'ਚ ਕਦੀ ਇਹ ਜਾਂ ਇਸ ਤਰ੍ਹਾਂ ਦੇ ਬੰਦੇ ਜਾਂ ਕੋਈ ਐਸੇ ਡਿਸੇਬਲ ਜਾਂ ਸਪੈਸ਼ਲ ਪਰਸਨ ਜਿਹੜੇ ਫਿਰ ਰਹੇ ਨੇ, ਨਾਰਮਲ ਨੇ, ਯਾਨੀ ਬਿਮਾਰ ਨਹੀਂ ਨਾਰਮਲ ਨੇ, ਉਹਨਾਂ ਦਾ ਕਦੀ ਮਜ਼ਾਕ ਨਹੀਂ ਉਡਾਉਣਾ, ਔਰ ਕੋਸ਼ਿਸ਼ ਇਹ ਕਰੋ ਕਿ ਉਹਨਾਂ ਨੂੰ ਸਪੈਸ਼ਲ ਮਿਲੋ ਜਾ ਕੇ, ਔਰ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਕਰੋ, ਉਹਨਾਂ ਨੂੰ ਇਹ ਆਪਣਾ ਤਾਸਰ ਦਿਓ ਕਿ ਪਾਇਣਾ ਤੁਸੀਂ ਸਾਡੇ ਨਾਲੋਂ ਵੀ ਬਿਹਤਰ ਹੋ ਯਾਰ। ਦੇਖੋ ਨਾ ਫਰੀਦ ਸਾਹਿਬ, ਬਿਲਕੁਲ। ਅੱਛਾ ਹੁਣ ਫਰੀਦ ਸਾਹਿਬ ਦੇਖੋ, ਗੱਲ ਇਹ ਹੈ ਇੱਕ ਬੰਦਾ ਕੱਦ ਉਹਦਾ ਠੀਕ ਆ ਫਿਜ਼ੀਕਲੀ, ਜਿੱਦਾਂ ਕੱਦ ਹੁੰਦਾ ਬਾਡੀ ਦਾ ਕੱਦ ਠੀਕ ਆ, ਲੇਕਿਨ ਉਹ ਸ਼ਰਾਬੀ ਵੀ ਆ, ਕਬਾਬੀ ਵੀ ਆ, ਜੁਹਾਰੀ ਵੀ ਆ, ਝੂਠ ਵੀ ਬੋਲਦਾ, ਸਾਰਾ ਕੁਛ। ਉਹ ਬੰਦਾ ਜੀ ਇਹਨੂੰ ਮਜ਼ਾਕ ਕਰੇ ਤੇ ਕੀ, ਕਿਸ ਤਰ੍ਹਾਂ ਦੀ ਗੱਲ ਹੈ? ਸਮਝ ਆ ਰਹੀ ਨਾ ਗੱਲ? ਬਿਲਕੁਲ ਨਾਇਨਸਾਫੀ ਆ ਨਾ, ਬਿਲਕੁਲ। ਤੇ ਗੱਲ ਇਹ ਹੈ, ਅੱਛਾ ਸ਼ਹਜ਼ਾਦ ਸਾਹਿਬ ਸ਼ਾਦੀ ਹੋਈ ਹੈ? ਅਲਹਮਦੁਲਿਲਾ ਮੇਰੀ ਸ਼ਾਦੀ ਹੋਈ। ਕਿੰਨੇ ਸਾਲ ਹੋ ਗਏ? ਮੇਰੀ ਸ਼ਾਦੀ ਨੂੰ 3 ਸਾਲ ਹੋ ਗਏ ਜੀ। ਬੱਚੇ? ਮੇਰਾ ਇੱਕ ਬੇਟਾ ਸੀਗਾ, ਫੌਤ ਹੋ ਗਿਆ। ਮਤਲਬ
ਪੈਦਾ ਹੁੰਦੇ ਆ ਜਾਂ ਕੁਛ ਦੇਰ ਵੱਡਾ ਹੋ ਕੇ ਪੈਦਾ ਹੋਇਆ ਸੀ 4 ਦਿਨ ਰਿਹਾ ਜੀ ਦਾ 4 ਦਿਨ ਬਾਅਦ ਫੋਨ ਕੀ ਮਸਲਾ ਸੀ ਬਸ ਪੈਦਾਇਸ਼ ਤੋਂ ਪਹਿਲਾਂ ਉਹਦੀ ਪੈਦਾਇਸ਼ ਹੋ ਗਈ ਸੀਗੀ ਅੱਛਾ ਤੇ ਲੇਕਿਨ ਉਹ ਫਿਰ ਤੇ ਉਹ ਕਾਦੋ ਦਾ ਠੀਕ ਸੀ ਡਾਕਟਰ ਨੇ ਅਲਹਮਦੁਲਿਲਾ ਠੀਕ ਸੀਗਾ ਮੈਂ ਖੁਦ ਦੇਖਿਆ ਸੀਗਾ ਡਾਕਟਰਾਂ ਨੇ ਜਦੋਂ ਬੁਲਾਇਆ ਸੀਗਾ ਮੈਨੂੰ ਆਪਰੇਸ਼ਨ ਦੇ ਦੌਰਾਨ 'ਚ ਉਹਨਾਂ ਨੇ ਮੈਨੂੰ ਵੀ ਦੇਖਿਆ ਮੇਰੀ ਵਾਈਫ ਨੂੰ ਵੀ ਦੇਖਿਆ ਅਤੇ ਦੇਖ ਕੇ ਕਹਿਣ ਲੱਗੇ ਯਾਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੇਰਾ ਬੱਚਾ ਬਚ ਜਾਵੇ ਤੇਰਾ ਆਸਰਾ ਬਣ ਜਾਵੇ ਸਹਾਰਾ ਬਣ ਜਾਵੇ ਵਾਈਫ ਜਿਹੜੀ ਤੁਹਾਡੇ ਰਿਸ਼ਤੇਦਾਰਾਂ 'ਚ ਸ਼ਾਦੀ ਹੋਈ ਨਹੀਂ ਉਬੜਾਂ 'ਚ ਹੋਈ ਹੈ ਜੀ ਉਹ ਉਹਨਾਂ ਦਾ ਕੱਦ ਤੁਹਾਡੇ ਜਿਹੜਾ ਹੀ ਹਾਂਜੀ ਮੇਰੇ ਜਿਹੜਾ ਤੁਹਾਡੇ ਤੋਂ ਮਤਲਬ ਸੇਮ ਤੁਹਾਡੇ ਜਿਹੜਾ ਜਾਂ ਮੇਰੇ ਤੋਂ ਤਕਰੀਬਨ 4 ਇੰਚ ਛੋਟਾ ਜੀ 4 ਇੰਚ ਛੋਟਾ ਤੁਹਾਡੇ ਜੀ ਅੱਛਾ ਤੇ ਉਹ ਸਸੁਰਾਲ ਤੁਹਾਡੇ ਜਿਹੜੇ ਨੇ ਉਹਨਾਂ ਦੇ ਭੈਣ ਭਰਾ ਵੀ ਇਸ ਤਰ੍ਹਾਂ ਹੋਰ ਨੇ ਜਾਂ ਉਹ ਵੀ ਇਕੱਲੇ ਹੀ ਨੇ ਇਸ ਤਰ੍ਹਾਂ ਨਹੀਂ ਜੀ ਉਹਨਾਂ ਦੇ ਖਾਨਦਾਨ 'ਚ ਵੀ ਕੋਈ ਨਹੀਂ ਜੀ ਉਹ ਵੀ ਇਕੱਲੇ ਨੇ ਹਾਂਜੀ ਇਕੱਲੇ ਹੀ ਆ ਓਹੋ ਹੋ ਅੱਛਾ ਯਾਨੀ ਉਹਨਾਂ ਦੇ ਭੈਣ ਭਰਾ ਵੀ ਜਿਹੜੇ ਨੇ ਤੁਹਾਡੇ ਬ੍ਰਦਰ ਇਨ ਲਾ ਸਾਲੇ ਸਾਲੀਆਂ ਹਾਂਜੀ ਸੁਸਰ ਸੱਸ ਜਾਂ ਉਹ ਸਾਰੇ ਠੀਕ ਨੇ ਬਿਲਕੁਲ ਸਾਰੇ ਠੀਕ ਹੈ ਜੀ ਤੇ ਉਹ ਵੀ ਇਕੱਲੇ ਹੀ ਇਸ ਤਰ੍ਹਾਂ ਹਾਂਜੀ ਇਕੱਲੇ ਹੀ ਆ ਭਾਬੀ ਸਾਡੀ ਹਾਂਜੀ ਤੇ ਇਧਰੋਂ ਤੁਸੀਂ ਵੀ ਹਾਂਜੀ 3 ਸਾਲ ਹੋ ਗਏ ਆਪਸ 'ਚ ਪਿਆਰ ਮੁਹੱਬਤ ਠੀਕ ਬਹੁਤ ਜ਼ਿਆਦਾ ਜੀ ਮੈਨੂੰ ਬਹੁਤ ਖੁਸ਼ੀ ਹੋਈ ਆ ਜਦੋਂ ਮੇਰੀ ਸ਼ਾਦੀ ਹੋਈ ਮੇਰਾ ਇੱਕ ਜੀਵਨ ਸਾਥੀ ਮੈਨੂੰ ਕਦੀ ਬਹਿ ਕੇ ਆਪਸ 'ਚ ਇਸ ਮਸਲੇ 'ਚ ਗੱਲ ਕੀਤੀ ਹੌਸਲਾ ਦਿੱਤਾ ਇੱਕ ਦੂਜੇ ਨੂੰ ਜ਼ਾਹਰੀ ਬਾਤ ਆ ਉਹਨਾਂ ਨੂੰ ਵੀ ਇਸ ਪ੍ਰੋਬਲਮ ਫੀਮੇਲ ਨੂੰ ਤਾਂ ਜ਼ਿਆਦਾ ਹੁੰਦੀ ਹੋਏਗੀ ਸਹੀ ਬਾਤ ਤੁਸੀਂ ਹੁਣ ਬੋਲਦੇ ਤੁਹਾਨੂੰ ਕੀ ਸੱਪ ਸੌਂਗਿਆ ਐਰ ਕੀ ਭਾਜੀ ਸਮਝ ਨਹੀਂ ਆ ਰਹੀ ਗੱਲ ਨਹੀਂ ਲਾਜ਼ਮੀ ਨਹੀਂ ਵੀ ਕਾਮੇਡੀ ਕਰਨੀ ਆ ਵੈਸੇ ਵੀ ਤੁਹਾਡੇ ਮੂੰਹ 'ਚ ਜ਼ਬਾਨ ਹੈਗੀ ਤੁਸੀਂ ਬੋਲ ਸਕਦੇ ਮਿਠਾਈ ਤੁਸੀਂ ਇਹਦੇ ਨਾਲ ਬੜਾ ਟਾਈਮ ਗੁਜ਼ਾਰਿਆ ਤੇ ਤੁਸੀਂ ਦੱਸੋ ਕੋਈ ਵਾਕਿਆ ਐਸਾ ਕੋਈ ਅੱਛਾ ਮੈਂ ਕਿਉਂ ਬਾਰ ਬਾਰ ਪੁੱਛ ਰਿਹਾ ਨਾ ਗਵਾਰ ਵਾਕਿਆ ਕਿਉਂ ਪੁੱਛ ਰਿਹਾ ਐਸਾ ਵਾਕਿਆ ਜਿਹਦੇ 'ਚ ਮਤਲਬ ਦੱਸਣ ਲੱਗਿਆ ਇਹਨਾਂ ਨੂੰ ਦੁੱਖ ਹੋਵੇ ਮੈਂ ਇਸ ਤੋਂ ਪੁੱਛ ਰਿਹਾ ਕਿ ਤੁਸੀਂ ਸੁਣੋ ਤੇ ਤੁਸੀਂ ਹੋ ਸਕਦਾ ਜਿੰਨੇ ਲੋਕ ਸੁਣ ਰਹੇ ਹੋ ਉਹ ਇਰਾਦਾ ਕਰ ਲੈਣ ਇਸ ਤੋਂ ਬਾਅਦ ਕਿ ਅੱਜ ਤੋਂ ਬਾਅਦ ਜ਼ਿੰਦਗੀ 'ਚ ਕਦੀ ਸਾਨੂੰ ਕੋਈ ਬੰਦਾ ਇਸ ਤਰ੍ਹਾਂ ਮਿਲੇ ਠੀਕ ਹੈ ਜੀ ਤੇ ਅਸੀਂ ਉਹਦੇ ਨਾਲ ਕਿਸ ਤਰ੍ਹਾਂ ਚੱਲਣਾ ਵਾ ਔਰ ਅਗਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਉਹਦਾ ਕਿੰਨਾ ਕੁ ਦਿਲ ਦੁਖੇਗਾ ਸਿਰਫ ਇਸ ਵਜ੍ਹਾ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਮਿੱਠਾ ਜੀ ਕੋਈ ਉਸਤਾਦ ਜੀ ਮੈਂ ਇਹਦੇ ਬਾਰੇ ਇਹੀ ਕਹਾਂਗਾ ਕਿ ਬਾਖੁਦਾ ਮੈਂ ਬੜੇ ਦੋਸਤ ਦੇਖੇ ਮੈਂ ਬੜੇ ਇਨਸਾਨ ਦੇਖੇ ਜਿਸ ਤਰ੍ਹਾਂ ਦਾ ਅੱਛਾ ਇਹ ਵਾ ਜਿਸ ਤਰ੍ਹਾਂ ਦਾ ਮੁਖਲਸ ਮੇਰੇ ਨਾਲ ਇਹ ਵਾ ਇਸ ਅਦਾਰੇ ਨਾਲ ਜਿੱਦਾਂ ਦਾ ਮੁਖਲਸ ਇਹ ਵਾ ਕੋਈ ਨਹੀਂ ਹੋਣਾ ਮੈਨੂੰ ਲੱਗਦਾ ਇਹਦੇ ਵਰਗਾ ਮੁਖਲਸ ਕੋਈ ਇਸ ਅਦਾਰੇ ਨਾਲ ਹੋਏਗਾ ਇਹ ਇਹਨਾਂ ਦਾ ਵੱਡਾ ਭਾਨਾ ਇਹਨਾਂ ਦਾ ਪਿਆਰ ਆ ਮੈਂ ਪੁੱਛ ਰਿਹਾ ਕਿ ਤੁਹਾਡੇ ਨਾਲ ਕੋਈ ਵਾਕਿਆ ਐਸਾ ਕੋਈ ਕਿਸੇ ਨੇ ਕੋਈ ਮਜ਼ਾਕ ਕੀਤਾ ਕੋਈ ਉਸਤਾਦ ਜੀ ਇੱਕ ਵਾਰੀ ਤੁਸੀਂ ਸਾਨੂੰ ਸ਼ੋਅ ਕਰਨ ਭੇਜਿਆ ਸੀਗਾ ਮੁਦੱਸਰ ਦੇ ਨਾਲ ਤੇ ਇਹ ਥੋੜ੍ਹਾ ਲੇਟ ਹੋ ਗਿਆ ਮੈਂ ਮੁਦੱਸਰ ਨੂੰ ਕਿਹਾ ਮੈਂ ਕਿਹਾ ਯਾਰ ਡਾਊਨ ਹਾਲ ਤੱਕ ਆਏ ਨੇ ਜਦੋਂ ਅਸੀਂ ਬਾਹਰ ਨਿਕਲ ਕੇ ਦੇਖਿਆ ਤੇ ਚੰਗੇ ਭਲੇ ਨੌਜਵਾਨ ਬੰਦੇ ਕਿ ਪੜ੍ਹੇ ਲਿਖੇ ਅਕਲ ਸ਼ੌਰ ਵਾਲੇ ਉਹ ਇਹਦਾ ਮਜ਼ਾਕ ਉਡਾਉਣ ਦਾ ਉਸਤਾਦ ਜੀ ਇਹਨੂੰ ਫੜਿਆ ਹੋਇਆ ਇਹਨੂੰ ਕੋਈ ਕੋਡੂ ਕਹਿ ਰਿਹਾ ਕੋਈ ਬੌਨਾ ਕਹਿ ਰਿਹਾ ਕੋਈ ਅੱਧਾ ਕਹੀ ਜਾਣ ਰਿਹਾ ਤੇ ਉੱਥੇ ਯਕੀਨ ਮੈਨੂੰ ਵਿਚਾਰਾ ਬੜਾ ਬੜਾ ਪਰੇਸ਼ਾਨ ਤੇ ਰੋਣ ਵਾਲੀ ਹਾਲਤ 'ਚ ਮੈਂ ਉਹਨੂੰ ਜਾ ਕੇ ਸੀਨੇ ਨਾਲ ਲਾਇਆ ਤੇ ਮੈਂ ਲੋਕਾਂ ਨੂੰ ਉਹ ਗਾਲਾਂ ਕੱਢੀਆਂ ਮੈਂ ਕਿਹਾ ਯਾਰ ਤੁਸੀਂ ਕਿਸ ਤਰ੍ਹਾਂ ਦੇ ਲੋਕ ਆ ਯਾਰ ਮੈਂ ਕਿਹਾ ਉਹਨੂੰ ਕੀ ਕਹਿ ਰਹੇ ਤੁਸੀਂ ਯਾਰ ਦੇਖੋ ਜਿਹੜਾ ਬੰਦਾ ਮਜ਼ਾਕ ਕਰਨ ਵਾਲਾ ਵਾ ਉਹ ਆਪਣੀ ਤਰਬੀਅਤ ਵੀ ਤੇ ਦੱਸ ਜਾਂਦਾ ਨਾ ਇਹਦੇ ਵਿੱਚ ਕਿ ਯਾਰ ਮੈਨੂੰ ਮੇਰੇ ਮਾਂ ਪਿਓ ਦੀ ਤਰਬੀਅਤ ਇਹ ਮਿਲੀ ਤੇ ਉਹ ਰਸ਼ਦ ਆਰਫ ਸਾਹਿਬ ਦਾ ਸ਼ੇਰ ਜਿਵੇਂ ਤੁਸੀਂ ਉਹ ਕੱਦ ਦੀ ਗੱਲ ਕੀਤੀ ਕਿ ਬਾਤ ਕਿਰਦਾਰ ਕੀ ਹੋਤੀ ਹੈ ਵਗਰ ਨਾ ਰਸ਼ਦ ਕਦ ਮੈਂ ਇਨਸਾਨ ਸੇ ਸਾਇਆ ਵੀ ਬੜਾ ਹੁੰਦਾ ਹੈ ਵਾਹ ਵਾਹ ਮੈਂ ਉਹੀ ਉਹੀ ਮੈਂ ਕਹਿ ਰਿਹਾ ਨਾ ਕਿ ਅਸਲ ਜਿਹੜਾ ਕੱਦ ਹੁੰਦਾ ਨਾ ਉਹ ਬੰਦੇ ਦੀ ਤੁਹਾਡੀ ਇੱਕ ਸ਼ਖਸੀਅਤ ਹੁੰਦੀ ਉਹਦੇ ਅੰਦਰ ਕਿ ਉਹ ਤੁਹਾਡਾ ਕੀ ਕੱਦ ਆ ਅੱਛਾ ਸ਼ਹਿਜ਼ਾਦ ਸਾਹਿਬ ਇਹ ਦੱਸੋ ਤੁਸੀਂ ਹੁਣ ਸਾਡੇ ਅਦਾਰੇ ਦੇ ਵਿੱਚ ਹੋ ਜੀ ਠੀਕ ਹੈ ਜੀ ਸਾਡੇ ਨਾਲ ਕਿ ਇੱਥੇ ਪਹਿਲੇ ਜਿੱਥੇ ਤੁਸੀਂ ਕੰਮ ਸ਼ੰਮ ਕੀਤਾ ਜਾਂ ਜਿੱਥੇ ਲੋਕਾਂ ਦੇ ਨਾਲ ਤੁਸੀਂ ਮੁਨਸਲਿਕ ਸੀ ਉੱਥੇ ਤੇ ਇੱਥੇ 'ਚ ਤੁਹਾਨੂੰ ਕੀ ਫਰਕ ਮਹਿਸੂਸ ਹੋਇਆ ਦੇਖੋ ਜੀ ਉੱਥੇ ਦੇ ਲੋਕ ਜਿਹੜੇ ਸੀਗੇ ਨਾ ਉਹ ਵੀ ਬਹੁਤ ਮਜ਼ਾਕ ਮੈਨੂੰ ਕਰਦੇ ਸੀਗੇ ਜਿਸ ਫੈਕਟਰੀ 'ਚ ਮੈਂ ਕੰਮ ਕਰਦਾ ਹੁੰਦਾ ਸੀਗਾ ਤੇ ਉੱਥੇ ਮਸ਼ੀਨ ਛੋਟੀ ਕਰਕੇ ਉਹਨਾਂ ਨੂੰ ਮੈਨੂੰ ਦੇਣੀ ਸੀਗੀ ਕੀ ਕੰਮ ਕਰਦੇ ਸੀ ਮੈਂ ਸਿਲਾਈ ਦਾ ਬੈੱਡ ਸ਼ੀਟ ਦਾ ਕੰਮ ਕਰਦਾ ਸੀ ਬੇਸਿਕਲੀ ਤੁਸੀਂ ਸਿਲਾਈ ਦਾ ਕੰਮ ਕਰਦੇ ਹਾਂਜੀ ਸਿਲਾਈ ਦਾ ਯਾਨੀ ਤੁਸੀਂ ਦਰਜ਼ੀ ਹੋ ਦਰਜ਼ੀ ਵੀ ਹੋ ਸਹੀ ਪੂਰੇ ਹਾਂਜੀ ਸੂਟ ਪੂਰਾ ਸੀ ਲੈਂਦੇ ਹੋ ਕਟਾਈ ਵੀ ਆਪੀ ਕਰ ਲੈਂਦੇ ਹੋ ਹਰ ਚੀਜ਼ ਆਪ ਤੇ ਉੱਥੇ ਵੀ ਬਹੁਤ ਮਜ਼ਾਕ ਕਰਦੇ ਹੁੰਦੇ ਸੀਗੇ ਮੈਨੂੰ ਜੇ ਮੈਂ ਕਿਸੇ ਫੈਕਟਰੀ ਹੋਰ 'ਚ ਜਾਣਾ ਉਹਨਾਂ ਕਹਿਣਾ ਖੜਿਆ ਹੋ ਗਏ ਕੰਮ ਕਰ ਜਾਣ ਕੇ ਕਹਿਣਾ ਜਾਣ ਕੇ ਛੇੜਨਾ ਮੈਨੂੰ ਇਹ ਮਸ਼ੀਨ 'ਤੇ ਨਹੀਂ ਬਹਿ ਸਕਦਾ ਲੋਕਾਂ ਨੇ ਫਿਰ ਮਜ਼ਾਕ ਕਰਨਾ ਖੜਿਆ ਮਸ਼ੀਨ ਚਲਾ ਹੀ ਨਹੀਂ ਸਕਦਾ ਜੇ ਸਟੂਲ ਕਿਸੇ ਨੇ ਦੇਣਾ ਵਾ ਤਾਂ ਉਹ ਸਟੂਲ ਵੀ ਕਾਫੀ ਬੜਾ ਦੇ ਦੇਣਾ ਅਗਰ ਜਾਣ ਕੇ ਦੇ ਦੇਣਾ ਜੀ ਇਹਦੇ ਉੱਤੇ ਬੈਠੇਗਾ ਤਾਂ ਲੱਤਾਂ ਉੱਚੀਆਂ ਹੋ ਜਾਊ ਇਹਦੀਆਂ ਕੈਸੀ ਯਾਰ ਕੀ ਕੌਣ ਲੋਕ ਨੇ ਹਿਸਾਬ ਲਾ ਤੇ ਲੋਕ ਫਿਰ ਬਾਅਦ ਚੋਂ ਹੱਸਦੇ ਹੁੰਦੇ ਸੀ ਤਾੜੀਆਂ ਵੀ ਲਾਉਂਦੇ ਸੀਗੇ ਮਤਲਬ ਸਟੂਲ ਵੱਡਾ ਦੇ ਦੇਣਾ ਤੇ ਇਹ ਹੁਣ ਕੋਸ਼ਿਸ਼ ਕਰ ਰਿਹਾ ਚੜ੍ਹਨ ਦੀ ਫਿਰ ਇਹਨੂੰ ਵੇਖ ਕੇ ਹੱਸਣਾ ਹਾਂਜੀ ਉਹ ਬਹੁਤ ਜ਼ਿਆਦਾ ਮਜ਼ਾਕ ਲੋਕ ਕਰਦੇ ਹੁੰਦੇ ਸੀ ਤੇ ਲੇਕਿਨ ਜਦੋਂ ਦਾ ਮੈਂ ਇਸ ਅਦਾਰੇ 'ਚ ਆਇਆ ਵਾਂ ਕਸਮ ਮੈਨੂੰ ਪੈਦਾ ਕਰਨੇ ਵਾਲੇ ਦੀ ਇੱਥੇ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ
मतलब मैं इंज लगता से मेरा असल ना ही कौडू आ दिल करे शहजाद पता नहीं कभी कितने सुनने मिलता हो लेकिन पूरे अपने जिन्ने साडे हलका अहबाब जिथे रहा मैं सारियां नूं कहा कि भाई इहदा नां लैणा इहनूं कौडू फलाना बोना खबरदार सीधा शहजाद कहना ठीक है जी और खबरदार किसी ने मजाक किया यार हो सकता है साढ़े जो कई नालों वड्डा कद होवे और हो नहीं सकता यकीनन होएगा कि साढ़े चो तुहाडे चो बहुत सारे वड्डे कद वाले ने जिहड़े इहदे नालों छोटे ने हाय हाय अच्छा साहब हुण मेरी गल सुनो चलो हुण थोड़ा हैप्पी करदे आं आपां टेंशन ना लवो हाँ जी एक तुसी सवाल करना दसो जी सर मैं थोड़ी वसादत दे नाल एक सवाल करना शहजाद साहब को कि इन्होंने जो लोग बाहर मजाक करते तो फिर ये इस कॉमेडी की फील्ड के क्यों आ गए कि इतने तो मजाक पैदर पै होना वा इन्हों क्यों इन्हें चूज की यहाँ मैं जवाब देता जी अगर मैं सही जवाब दिया तो दस देना कि बिल्कुल यही गल सर इस मुल्क फिजीक फिजीक ही कहते ना कद बजाते खुद अपने आप च एक कॉमेडी है तो कॉमेडी अगर ना आते कि भी वह सीरीयस तो चले जाते सीरीयस काम से फैक्ट्री चले जाते कपड़े का काम करते कितने करते पहली तो गल है कि कद के हिसाब न काम प्रॉपर इन्होंने कर नहीं सी पाना समझ रहे हो अच्छा दूसरी गल है कि उत्थे भी इन्हों के नाल कॉमेडी होनी सी जिथे मर्जी चले जाते इन्हों कॉमेडी होनी सी और मेरे हिसाब न एक कॉमेडी फील्ड जाके इन्होंने कहा कि जो फिर कॉमेडी होनी है तो फिर कॉमेडी करते हैं जी ऐसे क्या मैं गलत तो नहीं नहीं सही क्या बेशक सही क्या इस तरह ही है ना हाँ जी मेरे हिसाब से इस तरह ही क्योंकि वो कर ही नहीं सकते सीरीयस तू उन्होंने कितने रख तू इन्हों ये सीरीयस रहेंगे जेडे देखेंगे वो नहीं रहेंगे ऐसे तरह समझ आ रही ना गल की इन्हों का तो उस हिसाब दिल करे करो बच्चे लै आने अपने ऐसे ऐसे करैक्टर ने कि आओ मैं तुम्हें ना एक बंदा दिखाता हूँ अच्छा उसके सामने ना हंसना ये ऐसे करैक्टर ने जिमें एक बंदा ना वो चला जाता रेलवे स्टेशन अपना जॉब लैन वो चला जाता तो उन्होंने जो स्टेशन मास्टर या इंटरव्यू लैन वाले कहते हैं कि भाजी तुम ये दसो कि एको ही ट्रैक पर यानी एको लाइन पर इधरों भी ट्रेन आ रही होधरों भी ट्रेन आ रही हो करोगे वो कहना जी मैं उन्होंने फोन करा दोवे ट्रेन वाले कि भाजी इस ट्रैक के अगे भी ट्रेन आ रही है कहना जी फोन ना सुन कहना जी मैं फलां करांगा मैं वो जेड़े ड्राइवर दे नाल हुंदे ने उन्हूं कहां कहिंदा वह भी ना सुनन ऐ तुसीं खड़े हो ऐ लैन आ इधरों भी ट्रेन आ रही इधरों झंडी दरडिया च कहिंदा मैं अगे होकर उन्होंने इशारा करांगा इधर नूं भी इधर नूं भी कहिंदा हथ भी ना वेखण कहिंदा मैं उन्होंने ये करांगा आवाज़ा देंगा मैं नसांगा मैं कुछ रोड़े मारांगा कहिंदा जो ये भी ना वेखण कहिंदा जी मैं घरों नस के अपना वड्डा मुंडा बुला लिया वा वो कहिंदा वो क्यों कहिंदा उन्होंने ट्रेनर की टक्कर वेखण दा बहुत शौक अताइयत दे माउंट एवरेस्ट होए ने लोग भाजी पहाड़ छोटे लगते उन्हें अगे एडे एडे वे अताई ने कि दिल करे करो बच्चे ने अच्छा मैं तुम्हें लेके जाता हूँ वहां पे ना कितना सा बंदा है बस ना तुम्हें दूर से देखना है ऐसे भी करैक्टर ने यानी कि यार बंदा एक ना एक अजूबा जहाँ इदा के बंद समझ लें उ जिमें इंसान है ही नहीं असी इंसान हाँ साडा कद 6 फुट आ साढ़े 5 फुट आ 80 इंसान आ वह कितों इंसान आ वह तो चेजे वाली चीज़ आ वह तो शुगल आ मैनू तुसी सिर्फ थले कमेंट्स विच इह दसना इस बंदे दा इस हालत दे विच अमल दखल की है मैं अगर नशा करके अपने गुरदे खराब कर लैना मेरे को बंदा पुछे मैं को जी मैं रिस्पोंस मेरा रिस्पोंस जी मैं गलत किया मैं वन विलिंग करके लत्तां तड़ा लैना भाजी मैं मेरा कसूर है जी मैं इदा किया मैं कोई शौक ही करके नहर च नहा जाना उ जाके मतलब सिर पड़वा लेना कोई बह कटवा लेना मेरा कसूर भाईजान इस बंदे का यह अपना ये की कसूर आ मैंने दस दौ इन का सजा साड़ी असी आप दें तुरते फिरते जोड़ा उन्हें गुनाह किया ही नहीं यार तुसी मैं तुम मैं जिन्हें लोग अच्छा मैं तुम्हें नहीं कह रहा मतलब मैं सारे समझा रहा बच्चे अपने आप में बच्चे सारे कि सर इस बंदे मैं भी तेरे तो पहले मैं मजाक कराँगा मैं इसमें जुगता मारांगा लेकिन मैं तुसी सिर्फ थोड़ा जहा प्रूफ दे दियो कि इहदा इहदे च ऐ कसूर आ तुसी कसूर दस दियो जलील तुहाडे तों बहुता मैं करांगा सीधी गल आ भाई तो जिहदा कसूर नहीं हैगा तो जिहदा कसूर नहीं हैगा तो यार देखो उस्ताद जी फरीद साहब आपां मर मुर जाणा सारिआं ने उहदे दिलों को हा निकल जाए
तो मैं तो निकल जाना ओए कौडू साइड ते हो जाए हम मरे क्या छोटी बोतल होती पर जा उदल के वाइफ नाल हो या चार मैं तो कह के निकल गया उस तो बाद साइडा देखे सारे लोग वेख के हाथ जोड़ के भाई जुगत मार के गया उस टाइम वो दिल तो कुछ निकल जाए तो सारों जिड़ी मर्जी स्पीड ना मोटरसाइकिल दड़ा के निकल जाए वो चीज़ अगे खलोती होनी वो जी वो दिलों निकली उत्तों उन्हें भज नहीं सकना भावें 600 की स्पीड से जा रहा है तो फिर इतने तो हो सकता ना हो तो उत्थे जाके दिल करे उत्थे पहले ही खलोती होवे कि आ जाए इधर भी तो सरदार साहब ताडा बहुत शुक्रिया तुम यकीन करो गल पता की है देखो मैं कहना हुंना कि असी जो बाहर मैं बाहर जाना ना मैनू बड़े बंदे टक्करदे ने इस तरह के कि ओए जानी ओए फलाने ओए इस तरह ठीक है ना लेकिन एक कोई ऐसा मिल जाता है जिहड़ा इस तरह मुहब्बत नाल गलबात कर हाथ तक चुम लेंदे ने लोग ऐ करके हाथ चुम लेंदे ज की कहिंदे ने कई लोग ऐसे जानी भाई सिर्फ जफ्फी पा ला यार बस जफ्फी पा ला जफ्फी पा के अखां चथरू आ जांदे ने क्यों पता नहीं मैं की करदा वां सर वो एक बंदा जिहड़ा ना उस तो बाद मैनू सारे भुला दिंदा जिन्हां ने मैनू ओए टोए कीती हुंदी ना उह सारे मैनू भुला दिंदा उह जी ठीक है तुसीं वी उहनां नूं याद रखना ठीक है ਤੁਸੀਂ ਵੀ ਉਹਨਾਂ ਨੂੰ ਯਾਦ ਰੱਖਣਾ ਜਿਹੜੇ ਤੁਹਾਡੇ ਕੱਦ ਨੂੰ ਮਹਿਸੂਸ ਕਰਦੇ ਹੋਣ ਜਿਹੜੇ ਵੇਖਣ ਵਾਲੇ ਚੱਕਰ 'ਚ ਹੋਣ ਉਹਨਾਂ ਨੂੰ ਫਰਕ ਕਰ ਦਿਓ ਠੀਕ ਹੈ ਸਮਝ ਆ ਰਹੀ ਗੱਲ ਦੀ ਜੀ ਤੁਹਾਡਾ ਕੱਦ ਫੀਲ ਹੋਣਾ ਚਾਹੀਦਾ ਜਿਹੜੇ ਫੀਲ ਕਰਨ ਵਾਲੀ ਤਾਕਤ ਰੱਖਦੇ ਨਾ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਮੇਰੇ ਕੱਦ ਨੂੰ ਫੀਲ ਕਰਦਾ ਹੈ ਕਿ ਮੈਂ ਵੱਡਾ ਵਾਂ ਉਹਦੇ ਸਦਕੇ ਉਹਨਾਂ ਨੂੰ ਵੀ ਮਾਫ਼ ਕਰ ਦਿਆ ਕਰੋ ਜਿਹੜੇ ਸਿਰਫ ਵੇਖ ਕੇ ਹਿਸਾਬ ਲਾਉਂਦੇ ਆ ਵੱਡਾ ਵਾ ਛੋਟਾ ਵਾ ਸਮਝ ਆ ਰਹੀ ਗੱਲ ਜੀ ਤੁਹਾਡੇ ਕੋਲ ਇੱਕ ਕ੍ਰੈਡਿਟ ਹੈ ਜੀ ਪੂਰੀ ਕਾਮੇਡੀ ਜਿੰਨੀ ਵੀ ਫੀਲਡ ਦੇ ਵਿੱਚ कि जदों तो असी सुनते आ रहे हैं तुसी कॉमेडी की टर्म ऐसी रखी जिदे विच किसी की शकल नू लैके उहदा मजाक नहीं उड़ाया गया जिवें एक जिवें जुगत बना दित्ती गई कि वह बजरी कीमा पकाया हुंदा वह जुगत की एक जिहड़ी सिचुएशन का मजा लिया गया थोड़े कोल इस चीज़ का क्रैडिट है कि तुसी अपनी फील्ड च अपना नाम बनाया तो बगैर किसी तजहीक कीते मैं अपने जिहड़े शो करदा रहा 24 ते भी वैसे कह देना सा ओए छोटी बिल्ली हुंदी ओए मैं कभी मैं रोकदा ना सा कि तेरा मूँह ऐसा वा ऐ ना कहो थोड़े लिए एक क्लैप जी और दूसरी गल नाज़रीन मैं तुहानू गल दसदा दूसरी गल है कि यार कॉमेडियन हुण हर गल च की कॉमेडियन पाउणी कि यार अगर यह बंदा मिल पिया ऐ अगर किसी होर लो बहुत थिएटर से बहुत ने थिएटर के उपर साढ़े बहुत साढ़े कौडू साहब ठीक है ना साढ़े इस तरह के बहुत लोग ने कौडू साहब तो एक ना जो मशहूर हो गए मतलब फेमस हो गए की नाम से उन्होंने नाम जावेद कौडू साहब ठीक है जी लेकिन उस तो बाद सौवां के हिसाब ना मेरे हाल थिएटर के बंदे ने लेकिन फेमस नहीं हो रहे लहदा गल आ कि माइंड आमद उस तरह की नहीं लेकिन है ने लेकिन वह की ने वो मटीरियल ने जुगत मारन वास्ते मटीरियल ने चल ठा 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 वह भी अगों उदा ही रिस्पोंस दे रहे हैं कलाबाजियां मार की करन वो बेचारे वह की करन की करन मतलब तुसीं उहनूं कहते चलो अगों मेरे ना बदतमीज ओ चल तमीज ना मरे कड्डा तू अगों ऐ सुनन वह इंज मार देने बेचारे रेड़ना पैंदा उन्होंने वो तमाशा टाइप कर लेकिन इत्थे नहीं तुसीं देखना मेरे शो दे विच ऐ बैठते भी ने सब कुछ करते ने ते कदी ये नहीं होएगा कि ओए तू आ किदां करदा तू आ किदां करदा तू आ किदां करदा हाँ नॉर्मल गल च मजाक करो करी जाओ किसी सिचुएशन ते करी जाओ लेकिन यह ना हो कि यार को देखे तो कवे तो लिहाजा तुम भी प्लीज़ ताड़ी मेहरबानी है यार कि तुम देख लो तो बस कभी जिंदगी इस तरह का कितने टाकरा हो तो यह शो याद कर लेना और जरा इन्होंने स्टार्ट 10 सैकेंड का सिर्फ एक होका भरया ना ये याद कर लेना इंशाल्लाह ताला तुहानू प्यार आएगा मुहब्बत आएगी और वो तुहाडे नाल भी मुहब्बत करनगे जिहड़ा अंदर उन्होंने एक गिले ने ना बहुत गिलियां का पहाड़ आ उन्हूं भी सुकून मिलेगा वह आस्ता आस्ता उन्होंने तोड़िए आप रल के वाह वाह बहुत अच्छे स्टार जी अपना बहुत ख्याल रखना नादरीन थैंक यू लव यू और माधरत के आया जो सैगमेंट से ये कॉमेडी क्योंकि तुम भी बहुत परेशान और स्ट्रैस का माहौल बनया सारा तो मैं समझ सकता कि एक उम्मीद होंगी कि यार चलो आ शो वेखते हैं लेकिन यह भी साडा हिस्सा यार असी सुख दुख दे विच हर तरह नाल आ ठीक है जी तो रब तुहानू भी खुश रखे साडे पाकिस्तान भी अल्लाह पाक जिहड़ा ना अपने हिफ्ज़ो मान च रखे परेशानियां दूर करे अपना बहुत ख्याल रखना थैंक यू लव यू अल्लाह हाफिज़।